ਕੁੜੀ ਫੋਨ ਕਰਦੀ ਆ ਉਹ ਕਹਿੰਦੀ ਕਿ ਮੈਂ ਲਿਵਿੰਗ ਦੇ ਵਿੱਚ ਰਹਿ ਰਹੀ ਸੀ ਲਿਵਿੰਗ ਦੇ ਵਿੱਚ ਹੀ ਰਹਿੰਦੇ ਰਹਿੰਦੇ ਉਹਨਾਂ ਦੇ ਬੱਚਾ ਵੀ ਹੋ ਜਾਂਦਾ ਹੁਣ ਮੁੰਡੇ ਦੀ ਮੌਤ ਹੋ ਜਾਂਦੀ ਹੈ ਕੁੜੀ ਦੇ ਜਵਾਕ ਵੀ ਐ ਉਸ ਬੱਚੇ ਨੂੰ ਲੈ ਕੇ ਉਹ ਕੁੜੀ ਸਹੁਰਾ ਪਰਿਵਾਰ ਤੱਕ ਰਾਈਟ ਰੱਖਦੀ ਹੈ ਜਾਇਦਾਦ ਦੇ ਵਿੱਚ ਹਿੱਸਾ ਹੁਣ ਕਹਿੰਦੇ ਵੀ ਤੁਸੀਂ ਦੋਨੇ ਜਾਣੇ ਜਦੋਂ ਚਲੇ ਗਏ ਸਾਨੂੰ ਛੱਡ ਕੇ ਸੋਸਾਇਟੀ ਨੂੰ ਲੱਦ ਕੇ ਬਰਾਦਰੀ ਨੂੰ ਲੱਦ ਕੇ ਭੈਣ ਭਰਾਵਾਂ ਨੂੰ ਲੱਦ ਕੇ ਆਂਡ ਗਵਾਂ ਨੂੰ ਲੱਦ ਕੇ ਤੇ ਹੁਣ ਜਿਹੜੇ ਮਜੇ ਤੁਸੀਂ ਆਪ ਲਏ ਉਹਨੂੰ ਵੀ ਆਪ ਭੁਗਤੋ ਨਾ ਜਿੰਨੀ ਵੀ ਕਮੀਨੀ ਕਾਮ ਹੈ ਨਾ ਜਿਹੜੇ ਜੱਦਾਤਾ ਮੰਗਦੇ ਨੇ ਇਹ ਖਰਚੇ ਮੰਗਦੇ ਨੇ ਉਹਨੂੰ ਆਪਣੇ ਹੱਕ ਯਾਦ ਨੇ ਫਰਜ਼ ਤੁਹਾਡਾ ਪਿਓ ਨਿਭਾਏਗਾ ਲੀਗਲ ਜਵਾਬ ਦੇ ਵਿੱਚ ਬੜਾ ਸਿੰਪਲ ਹੈ ਕਿ ਲੜਕੀ ਦਾ ਕੋਈ ਅਧਿਕਾਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਐਸੈਟ ਮੁੰਡੇ ਤੇ ਨਹੀਂ ਹੋਣੀ ਕਿਉਂਕਿ ਪਤਨੀ ਦਾ ਸਟੇਟਸ ਤਾਂ ਮਿਲੇ ਹੀ ਨਹੀਂ ਨਾ ਦਾ ਹੀ ਨਹੀਂ ਹੈਗਾ ਸੌਰੀ ਟੂ ਸਪੀਕ ਕਿ ਰਖੇਲ ਦਾ ਇੱਕ ਸਟੇਟਸ ਹੈ ਸਰ ਕਈ ਤੇ ਵਈਆਂ ਜਨਾਨੀਆਂ ਔਰ ਸਾਰੇ ਬੱਚੇ ਪੈਦਾ ਹੋਣ ਤੋਂ ਬਾਅਦ ਬਲੈਕਮੇਲਿੰਗ ਸ਼ੁਰੂ ਕਰ ਦਿੰਦੇ ਮੁੰਡੇ ਵਾਲੇ ਇਹ ਲੈ ਚਲੇ ਬੱਚਿਆਂ ਨੂੰ ਘਰ ਅਸੀਂ ਨਹੀਂ ਦਿੰਦੇ ਵਾਪਸ ਆ ਦਿਓ ਉਹ ਦਿਓ ਐਡਾ ਸ਼ਰਤਾਂ ਮੰਨੋ ਨਹੀਂ ਤਾਂ ਦੇ ਦੇਾਂਗੇ ਉਹ ਦਾਦੇ ਦੇ ਪਰਿਵਾਰ ਨਾਲ ਜਦ ਅਸੀਂ ਮਾੜੇ ਕਰਕੇ ਚੱਲੇ ਤਾਂ ਉਹ ਦਾਦ ਜੀ ਦੀ ਪ੍ਰਾਪਰਟੀ ਨਹੀਂ ਸੌਖੀ ਮਿਲ ਜਾਂਦੀ ਫਿਰ ਉਹੀ ਗੱਲ ਨਾਲ ਠੱਪੇ ਚੱਕ ਕਰਾਉਣੇ ਪੈਂਦੇ ਉਦੋਂ ਪਰਿਵਾਰ ਨੂੰ ਸਮਾਜ ਨੂੰ ਕਾਨੂੰਨ ਨੂੰ ਦੁਨੀਆਦਾਰੀ ਨੂੰ ਆਂਡ ਗਵਾਨ ਨੂੰ ਥੱਲਿਆ ਸੀ ਤੇ ਪਿਓ ਦੇ ਪੁੱਤੋ ਤੇ ਨਿਭਾ ਕੇ ਰਖਾਉਣਾ ਹੁਣ ਪ੍ਰਾਪਰਟੀਆਂ ਦੇ ਪਿੱਛੇ ਗ ਜਾਂਦੇ ਹਾਂ ਐਸੇ ਵੀ ਮੁੱਦੇ ਸਾਡੇ ਸਾਹਮਣੇ ਆਏ ਕਿ ਕੌਂਡਮ ਯੂਜ਼ ਹੋਇਆ ਕਿਸੇ ਨੇ ਕੌਂਡਮ ਤੋਂ ਸਪਰਮ ਲੈ ਲੇ ਤੇ ਇੰਜੈਕਟ ਕਰਾ ਲੇ ਅੰਦਰ ਵਾਇਲ ਨਾਲ ਬੱਚਾ ਤਾਂ ਹੁਣ ਮੇਰੇ ਸਪਰਮ ਮੰਨ ਲਓ ਕਿਤੇ ਵੀ ਤੁਸੀਂ ਪਾਓਗੇ ਤੇ ਡੀਐਨਏ ਤੇ ਮੇਰਾ ਹੀ ਬੈਂਚ ਕਰੇਗਾ ਮੈਂ ਇੱਕ ਹੈਪੀਲੀ ਮੈਰਿਡ ਮੈਨ ਆ ਮੇਰੀ ਵਾਈਫ ਹੈ ਮੇਰਾ ਬੱਚਾ ਹੈ ਮੈਂ ਆਪਣੇ ਘਰ ਚ ਖੁਸ਼ ਹਾਂ ਮੈਂ ਮੰਨ ਲਓ ਇਦਾਂ ਦਾ ਕੰਮ ਕਰਨ ਜਾਣਾ ਬਾਹਰ ਕਾਨੂੰਨ ਤੇ ਮੈਨੂੰ ਇਹਦੀ ਪਰਮਿਸ਼ਨ ਦਿੰਦਾ ਮੈਂ ਕੋਈ ਪੇਡ ਕਰ ਲੈ ਲਵਾਂਗਾ ਸੈਕਸ ਵਰਕਰ ਲੈ ਲਵਾਂਗਾ ਲੋ ਤਾਂ ਮੈਨੂੰ ਉਹਦੀ ਪਰਮਿਸ਼ਨ ਦਿੰਦਾ ਪਿਆ ਠੀਕ ਪਰ ਉਹ ਵੀ ਉਹਦੇ ਚ ਐਕਸਟੈਂਡ ਹੈ ਕੁਛ ਲਕੂਨਾ ਹੈ ਕੁਛ ਗੈਪ ਹੈ ਬਟ ਸਮਾਜ ਦੀ ਇਜਾਜ਼ਤ ਨਹੀਂ ਦਿੰਦਾ ਮੇਰੀ ਵਾਈਫ ਮੇਰੇ ਤੇ ਐਡਲਟਰੀ ਦਾ ਕੇਸ ਪਾਸ ਹੋ ਰਹੀ ਹੈ ਸਸਤੀ ਕਾਲ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਦੇਖਿਆ ਜਾਵੇ ਤਾਂ ਲੋਕ ਇੰਨੇ ਕ ਅਪਗ੍ਰੇਡ ਹੋ ਗਏ ਕਿ ਭਾਵੇਂ ਕਿਸੇ ਨੂੰ ਮੈਨੇ ਪਤਾ ਨੇ ਜਾਂ ਨਹੀਂ ਪਰ ਉਹਨੂੰ ਇੱਕ ਗੱਲ ਪਤਾ ਹੈ ਜਿਹੜੇ ਲੋਕ ਗਲਤ ਸੋਚ ਜਾਂ ਕਈ ਜੈਨੂਨ ਸੋਚ ਵੀ ਜਲਾ ਲੈ ਤਾਂ ਬਹੁਤ ਜ਼ਿਆਦੇ ਤੁਸੀਂ ਟ੍ਰੈਂਡਿੰਗ ਹੁੰਦਾ ਸ਼ਬਦ ਦੇਖੋਗੇ ਲਿਵਨ ਇਨ ਰਿਲੇਸ਼ਨਸ਼ਿਪ ਹੁਣ ਲਿਵਨ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਜੇ ਕਿਹਾ ਜਾਵੇ ਤਾਂ ਸਰਕਾਰਾਂ ਨੂੰ ਵੀ ਹਾਲਾਂਕਿ ਮਨਜੋਗ ਅਦਾਲਤਾਂ ਨੇ ਰਿਪੋਰਟਾਂ ਮੰਗੀਆਂ ਹੋਈਆਂ ਨੇ ਵੀ ਇਹਦੇ ਤੇ ਅੱਗੇ ਨੂੰ ਕੀ ਕੀਤਾ ਕਿਉਂਕਿ ਮਾਮਲੇ ਬਹੁਤ ਜ਼ਿਆਦੇ ਆ ਰਹੇ ਨੇ ਪਰ ਜ਼ਿਆਦਾਤਰ ਜੇ ਦੇਖਿਆ ਜਾਵੇ ਕੁੜੀਆਂ ਮੁੰਡੇ ਦੋਹਾਂ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਕਿ ਜਦੋਂ ਇੱਕ ਵਾਰ ਰਿਲੇਸ਼ਨ ਸ਼ੁਰੂ ਹੁੰਦਾ ਜਦੋਂ ਤਾਂ ਹਰਾ ਹਰਾ ਹੁੰਦਾ ਸਭ ਰੰਗინੀਆਂ ਹੁੰਦੀਆਂ ਨੇ ਉਦੋਂ ਤਾਂ ਨਹੀਂ ਕੋਈ ਦੇਖਦਾ ਪਰ ਜਦੋਂ ਜਾ ਕੇ ਅੱਗੇ ਕਿਸੇ ਦੀ ਮੌਤ ਹੋ ਜਾਂਦੀ ਹੈ ਯਾ ਰੱਬ ਨਾ ਕਰੇ ਕੋਈ ਹੋਰ ਕੋਈ ਕਾਰਨ ਆ ਜੇ ਤਾਂ ਉਹਨਾਂ ਦੀ ਜ਼ਿੰਦਗੀ ਕਿੱਥੇ ਤੱਕ ਦੌੜ ਤੇ ਲੱਗ ਸਕਦੀ ਆ ਇਹ ਚੀਜ਼ ਨੂੰ ਲੈ ਕੇ ਅੱਜ ਸਾਡੇ ਨਾਲ ਐਡਵੋਕੇਟ ਸੁਨੀਲ ਮਲਨ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਵੀ ਹੈ ਕਿ ਇੱਕ ਕੁੜੀ ਜਦੋਂ ਸਾਨੂੰ ਦੱਸਦੀ ਹੈ ਵੀ ਇਸ ਤਰ੍ਹਾਂ ਦੇ ਨਾਲ ਉਹਦੇ ਨਾਲ ਹੋ ਗਿਆ ਅੱਗੇ ਕੋਈ ਰਾਹ ਹੈਗਾ ਪਰ ਇਹ ਰਾਹ ਇੰਨੇ ਸੌਖੇ ਨਹੀਂ ਹੁੰਦੇ ਵਕੀਰ ਸਾਹਿਬ ਜੇ ਕਿ ਇਹ ਸੱਚੀ ਗੱਲ ਹੈ ਕਿ ਜਦੋਂ ਤੁਸੀਂ ਜੇ ਕਿਹਾ ਜਾਵੇ ਇਸ ਤਰ੍ਹਾਂ ਦੇ ਰਿਸ਼ਤੇਾਂ 'ਚ ਪੈਨੇ ਆ ਤਾਂ ਉਹਨਾਂ ਦੇ ਰਾਹ ਕਾਨੂੰਨੀ ਤੌਰ ਤੇ ਵੀ ਤੇ ਆਮ ਜ਼ਿੰਦਗੀ ਦੇ ਵਿੱਚ ਸੌਖੇ ਨਹੀਂ ਹੁੰਦੇ ਦੇਖੋ ਮੈਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਤੇ ਸਾਰੇ ਮੇਰੇ ਪਿਆਰ ਪਰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਇਹਦੇ ਵਿੱਚ ਮੈਂ ਇੱਕ ਗੱਲ ਬੜੀ ਕਲੀਅਰ ਕਰਨੀ ਚਾਹੁੰਨਾ ਲਿਵਿੰਗ ਲਿਵ ਇਨ ਅ ਰਿਲੇਸ਼ਨਸ਼ਿਪ ਸ਼ਬਦ ਇਹ ਹੈ ਲਿਵ ਇਨ ਇਕੱਠੇ ਰਹਿਣਾ ਜੇ ਦੋ ਜਾਨੇ ਮੇਜਰ ਹੈ ਔਰ ਉਹ ਇਕੱਠੇ ਰਹਿ ਰਹੇ ਚਾਹੇ ਇੱਕ ਵਾਰੇ ਆ ਚਾਹੇ ਵਿਆਹ ਹੈ ਚਾਹੇ ਛੜਛੜਾ ਹੋ ਗਿਆ ਜਾਂ ਇੱਕ ਦਾ ਹੋ ਰਿਹਾ ਜਾਂ ਵਿਡੋ ਜਾਂ ਵਿਡੋਅਰ ਹੈ ਕਈ ਸਰੀਏ ਕੰਡੀਸ਼ਨਸ ਨੇ ਇਹ ਆਪਾਂ ਅਗੋਂ ਦੱਸਾਂਗੇ ਜੋ ਇਕੱਠੇ ਰਹਿ ਰਿਹਾ ਤੇ ਉਹਨੂੰ ਇਲੀਗਲ ਨਹੀਂ ਕਿਹਾ ਜਾ ਸਕਦਾ ਇਸੇ ਕਰਕੇ ਜਿਹੜੀ ਹੋਟਲਾਂ ਤੇ ਰੇਡ ਵੱਜਦੀ ਸੀ ਉਹ ਰੇਡ ਹੁਣ ਨਹੀਂ ਵੱਜਦੀ ਕਿਉਂਕਿ ਜੇ ਉੱਥੇ ਇੱਕੋ ਕਾਰਨ ਕਰਕੇ ਤੁਸੀਂ ਫਸੋਗੇ ਚ ਤੁਸੀਂ ਆਪਣੇ ਆਧਾਰ ਕਾਰਡ ਦੀ ਗਲਤ ਲਗਾਏ ਨੇ ਰੈਡੀਵੇਸ਼ਨ ਗਲਤ ਹੈ ਆਇਡੈਂਟੀਫਿਕੇਸ਼ਨ ਗਲਤ ਦਿੱਤੀ ਹੈ ਜੇ ਤੁਸੀਂ ਆਪਣੇ ਆਇਡੈਂਟੀਟੀ ਪ੍ਰੂਫ ਜੈਨੂਇਨ ਦਿੰਦੇ ਨੇ ਤੁਸੀਂ ਕਿਸੇ ਵੀ ਮੇਜਰ ਲੜਕੀ ਨਾਲ ਜਾਂ ਲੜਕੇ ਨਾਲ ਹੋਟਲ 'ਚ ਰਹਿ ਰਹੇ ਹੋ ਤੇ ਕਿਸੇ ਤਰ੍ਹਾਂ ਦਾ ਗੈਰਕਾਨੂੰਨੀ ਕੰਮ ਨਹੀਂ ਹੈ ਹਾਂ ਸਮਾਜਿਕ ਤੌਰ ਤੇ ਇਹਨੂੰ ਨਹੀਂ ਐਕਸੈਪਟ ਕੀਤਾ ਜਾ ਰਿਹਾ। ਹੂੰ। ਪਹਿਲੀ ਗੱਲ ਦੂਜੀ ਗੱਲ ਪਰਿਵਾਰਿਕ ਤੌਰ ਤੇ ਵੀ ਇਹਨੂੰ ਐਕਸੈਪਟ ਕੀਤਾ ਨਹੀਂ ਜਾ ਰਿਹਾ। ਹੂੰ। ਮੈਂ ਇੱਕ ਹੈਪੀਲੀ ਮੈਰਿਡ ਮੈਨ ਆ। ਮੇਰੀ ਵਾਈਫ ਹੈ, ਮੇਰਾ ਬੱਚਾ ਹੈ। ਮੈਂ ਆਪਣੇ ਘਰ 'ਚ ਖੁਸ਼ ਆ। ਮੈਂ ਮੰਨ ਲਓ ਇਦਾਂ ਦਾ ਕੰਮ ਕਰਨ ਜਾਣਾ ਬਾਹਰ। ਕਾਨੂੰਨ ਤੇ ਮੈਨੂੰ ਇਹਦੀ ਪਰਮਿਸ਼ਨ ਦਿੰਦਾ ਹੈ। ਮੈਂ ਕੋਈ ਪੇਡ ਗਰ ਲੈ ਲੈਣਾ ਜਾਂ ਮੈਂ ਸੈਕਸ ਵਰਕਰ ਲੈ ਲੈਣਾ ਕੋਈ। ਲਾਅ ਤੇ ਮੈਨੂੰ ਉਹਦੀ ਪਰਮਿਸ਼ਨ ਦਿੰਦਾ ਪਿਆ। ਠੀਕ। ਬਟ ਉਹ ਵੀ ਉਹਦੇ ਵਿੱਚ ਐਕਸਟੈਂਡ ਹੈ ਕੁਝ ਲਕੂਨਾ ਹੈ ਕੁਝ ਗੈਪ ਹੈ ਬਟ ਸਮਾਜ ਉਹਦੀ ਇਜਾਜ਼ਤ ਨਹੀਂ ਦਿੰਦਾ ਮੇਰੀ ਵਾਈਫ ਮੇਰੇ ਤੇ ਐਡਲਟਰੀ ਦਾ ਕੇਸ ਪਾ ਸਕਦੀ ਹੈ ਮੋਰਲ ਤੌਰ ਤੇ ਵੀ ਪਾਪ ਹੈ ਜਿਵੇਂ ਮੋਰਲ ਗੱਲ ਕਰਾਂ ਸੀ ਸੀ ਵਿਸ਼ਵਾਸ ਤੋੜਦੇ ਕੋਈ ਸਦਾ ਵਿਸ਼ਵਾਸ ਤੋੜਦੇ ਆ ਅਸੀਂ ਇੱਕ ਮਤਲਬ ਚੰਗੇ ਪਰਿਵਾਰਾਂ ਤੋਂ ਜਾਂ ਇੱਕ ਚੰਗੇ ਸਾਡੇ ਸੰਸਕਾਰ ਹੈ ਸਾਡੇ ਗੁਰੂਆਂ ਨੇ ਜੋ ਗ੍ਰੰਥ ਲਿਖਿਆ ਉਹਦੇ ਵਿੱਚ ਵੀ ਗਲਤ ਹੈ ਪਰ ਜੇ ਮੈਂ ਬਹੁਤ ਪੁਰਾਣੀ ਗ੍ਰੰਥਾਂ ਦੀ ਗੱਲ ਕਰਾਂ ਵਿਸ਼ਵਾਮিত্র ਵਰਗਿਆਂ ਨੇ ਅੱਖਾਂ ਨਾਲ ਕਹਿੰਦੇ ਸੀ ਕਿ ਉਹਨੇ ਪ੍ਰੈਗਨੈਂਟ ਕਰਤੀ ਸੀ ਕੁੜੀ ਕਈ ॠषि मुਨੀਆਂ ਨੇ ਆਪਣੀ ਆਪਣੀ ਹੀ ਬੇਟੀ ਨਾਲ ਕਈਆਂ ਨੇ ਰਿਲੇਸ਼ਨ ਬਣਾਏ ਹੋਏ ਇਹੋ ਜੇ ਅਸੀਂ ਥਿਉਰੀਆਂ ਪੜ੍ਹੀਆਂ ਨੇ ਔਰ ਮਹਾਭਾਰਤ ਦੀ ਸਟੋਰੀ ਦੇ ਸਾਰੀ ਦੁਨੀਆ ਦੇ ਸਾਹਮਣੇ ਜਗ ਜਹਰ ਹੈ ਕਿ ਇੱਕ ਘਰ ਦੀ ਲਿਆਂਦੀ ਨੂੰ ਪੰਜ ਭਰਾਵਾਂ ਨੇ ਵੰਡੀ ਸੀ ਆਪਸ ਵਿੱਚ ਅੱਜ ਵੀ ਐਸਾ ਕਈ ਰਿਵਾਜ ਸਾਡੇ ਇਧਰ ਬਠਿੰਡੇ ਤੋਂ ਅੱਗੇ ਬੇਲਟਾਂ 'ਚ ਕਿ ਜ਼ਮੀਨ ਨਾਲ ਸਾਡੀ ਵੰਡੀ ਜਾਵੇ ਸਹਿਮਤੀ ਨਾਲ ਹੋ ਰਹੇ ਨੇ ਬਟ ਜਿੱਥੋਂ ਤੱਕ ਆਪਾਂ ਲਿਵ ਇਨ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਲਿਵ ਇਨ ਰਿਲੇਸ਼ਨਸ਼ਿਪ ਚ ਜੇ ਦੋਨੋਂ ਹਸਬੈਂਡ ਔਰ ਵਾਈਫ ਔਰ ਐਨੀ ਵਨ ਆਫ 뎀 ਆਰ ਹੈਪੀ ਵਿਥਿਨ देयर ਫੈਮਿਲੀ ਇਹ ਚੀਜ਼ ਇਲੀਗਲ ਚ ਹੁੰਦੀ ਹੈ ਪਰ ਜੇ ਉਹ ਪ੍ਰੋਬਲਮ ਚ ਨਹੀਂ ਤੇ ਉਹਦੇ ਚ ਕੋਈ ਨਾ ਕੋਈ ਲਕੂਨਾ ਹੈਗਾ ਹੁਣ ਕਈ ਤਰ੍ਹਾਂ ਦੇ ਲਿਵ ਇਨ ਰਿਲੇਸ਼ਨਸ਼ਿਪ ਹੈ ਪਹਿਲੀ ਗੱਲ ਤੇ ਕਾਲਜ ਦੇ ਮੁੰਡੇ ਕੁੜੀਆਂ ਤੋਂ ਸ਼ੁਰੂ ਕਰੀਏ ਦਿੱਲੀ ਚ ਤੇ ਬੜੇ ਸਾਲ ਪਹਿਲਾਂ ਆਮ ਹੋ ਗਿਆ ਸੀ ਹੁਣ ਚੰਡੀਗੜ੍ਹ ਚ ਵੀ ਆਮ ਹੈ ਟਰਾਈ ਸਿਟੀ ਬੜੇ ਆਉਂਦੇ ਨੇ ਮੁੰਡੇ ਕੁੜੀਆਂ ਕੀ ਸਰਕਰ ਕਰਾਇ ਤੇ ਲੈਣਾ ਅਸੀਂ ਕਲਾਸ ਫੈਲੋਜ਼ ਆ ਤੇ ਅਜੇ ਹਸਬੰਡ ਵਾਈਫ ਆਉਂਦੇ ਨੇ ਨਾ ਨਾ ਜੀ ਨਾ ਬਸ ਅਸੀਂ ਕਲਾਸ ਫੈਲੋ ਆ ਹਸਬੰਡ ਵਾਈਫ ਕਹਿੰਦੇ ਨਹੀਂ ਇੱਕ ਦੂਜੇ ਨੂੰ ਰਹਿੰਦੇ ਨੇ ਇਕੱਠੇ ਔਰ ਅਸੀਂ ਹੁਣ ਕੋਰਟ 'ਚ ਵੀ ਬੈਠੇ ਆ ਸਾਡੇ ਕੋ ਇਹੋ ਜਿਹੇ ਵੀ ਮੁੱਦੇ ਆਉਂਦੇ ਨੇ ਕਿ ਸਭ ਤੋਂ ਪਹਿਲਾਂ ਤੇ ਲੜਕੀ ਪ੍ਰੈਗਨੈਂਟ ਹੋ ਜਾਂਦੀ ਆ ਆਫਟਰ ਆਲ ਸੈਕਸ਼ੂਅਲ ਰਿਲੇਸ਼ਨ ਬੰਦਾ ਹੋਏਗਾ ਤੇ ਪ੍ਰੈਗਨੈਂਸੀ ਹੁੰਦੀ ਆ ਛੂ ਮੰਤਰ ਕਲਾ ਕਲੰਤਰ ਉਹ ਤੇ ਹੋਣਾ ਨਹੀਂ ਤੇ ਜਦੋਂ ਪ੍ਰੈਗਨੈਂਟ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਪ੍ਰੋਬਲਮ ਸ਼ੁਰੂ ਹੁੰਦੀ ਹੈ। ਔਰ ਉਸ ਤੋਂ ਬਾਅਦ ਜਿਹੜੇ ਹਸਪੀਟਲਸ ਨੇ ਉਹ ਵੀ ਕਈ ਹਸਪੀਟਲਸ ਇਹਨੂੰ ਅਸੈਪਟ ਨਹੀਂ ਕਰਦੇ। ਬਟ ਜਿਹੜਾ ਐਮਟੀਪੀ ਐਕਟ ਹੈ ਅ ਅਬੋਰਸ਼ਨ ਐਕਟ ਜਿਹਨੂੰ ਆਪਾਂ ਦੇਸੀ ਭਾਸ਼ਾ ਚ ਕਹੀਏ। ਉਹਦੇ 'ਚ ਇੱਕ ਵਰਸ਼ਨ ਬੜਾ ਕਲੀਅਰ ਲਿਖਿਆ ਹੈ ਹਸਪਤਾਲਾਂ ਨੂੰ ਵੀ ਦੱਸ ਦਿੰਨਾ। ਆਲਥੋ ਲੋਕ ਇਹਨੂੰ ਅਨਸੋਸ਼ੀਅਲ ਕਹਿਣਗੇ ਮੈਨੂੰ ਗਾਲਾਂ ਲਿਖਣਗੇ। ਬਟ ਜੋ ਕਾਨੂੰਨ ਦੀ ਗੱਲ ਹੈ ਮੈਂ ਉਹ ਦੱਸਣਾ ਚਾਹੁੰਨਾ ਪਬਲਿਕ ਨੂੰ। एमटीपी एक्ट ਕਹਿੰਦਾ ਕਿ ਲੜਕੀ ਖੁਦ ਜੇ ਉਹ ਚਾਹੇ ਕਿ ਮੈਂ ਬੱਚਾ ਨਹੀਂ ਰੱਖਣਾ ਇਹ ਉਹ ਕਰ ਸਕਦੀ ਹੈ ਅਬੋਰਸ਼ਨ ਕਰਾ ਸਕਦੀ ਹੈ ਅਬੋਰਸ਼ਨ ਕਰਾ ਸਕਦੀ ਹੈ ਉਹਦੇ ਚ ਕੰਡੀਸ਼ਨ ਹੈ ਕਿ ਉਹਦੀ ਪ੍ਰੈਗਨੈਂਸੀ ਨੂੰ 4 ਮਹੀਨੇ ਹ 20 ਵੀਕਸ ਸ਼ਾਇਦ 20 ਹਫਤੇ ਨੇ ਕਿ 18 ਹਫਤੇ ਨੇ ਉਸ ਤੋਂ ਉੱਪਰ ਨਹੀਂ ਹੋਏ ਹੋਣੇ ਚਾਹੀਦੇ ਔਰ ਉਹਦੀਆਂ ਸਾਰੀਆਂ ਕੰਡੀਸ਼ਨਸ ਹ ਬੱਚੇ ਮੁੰਡਾ ਕੇ ਕੁੜੀ ਉਹਦੇ ਕਰਕੇ ਅਬੋਰਸ਼ਨ ਨਹੀਂ ਹੋਣਾ ਚਾਹੀਦਾ ਜਿਹੜਾ ਸੈਕਸ ਡਿਟਰਮੀਨੇਸ਼ਨ ਟੈਸਟ ਹੈ ਫਿਰ ਉਸ ਤੋਂ ਲੱਭ ਪਤਾ ਕੀ ਹੁੰਦਾ ਜਦੋਂ ਪ੍ਰੈਗਨancies ਦੇ ਦੌਰਾਨ ਟੈਸਟਿੰਗ ਹੁੰਦੀ ਹੈ ਤੇ ਕਈ ਬੱਚੇ ਨੈਜ਼ਲ ਬੌਰਨ ਅਨੋਸੀਫਾਈਡ ਹੈ ਕਿਸਕਾਰ ਔਨ ਹਾਰਟ ਹੈ ਜਾਂ ਸਰਵਿਕਸ ਸਰਵਿਕਸ ਯਾਨੀ ਕਿ ਬੱਚੇ ਦੇਣੀ ਦਾ ਮੂੰਹ ਖੁੱਲਦਾ ਪਿਆ ਹੈ ਹਾਂ ਕੋਈ ਮੈਡੀਕਲ ਪ੍ਰੋਬਲਮ ਹੈ ਤੇ ਉਹਨਾਂ ਕਿਸ ਚੀਜ਼ਾਂ ਹੁੰਦੀਆਂ ਨੇ ਆਦਰਵਾਇਜ਼ ਮੈਰਿਡ ਊਮਨ ਹੈ ਹਸਬੈਂਡ ਨਾਲ ਬਣਦੀ ਹੈ ਜਾਂ ਨਹੀਂ ਬਣਦੀ ਫਿਰ ਵੀ ਉਹਦੀ ਕਿਤੇ ਨਾ ਕਿਤੇ ਕੰਸੈਂਟ ਜ਼ਰੂਰੀ ਹੈ ਸਾਡੇ ਕਿਸੇ ਜੱਜਮੈਂਟਸ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ ਜੇ ਮੈਰਿਡ ਊਮਨ ਬਿਨਾ ਆਪਣੇ ਐਟਲੀਸਟ ਹਸਬੰਦ ਤੋਂ ਜਾਂ ਸਾਰੇ ਪਰਿਵਾਰ ਤੋਂ ਹੂਸ ਐਵਰੀਜ਼ ਅਵੇਲੇਬਲ ਅ ਅਬੋਰਸ਼ਨ ਕਰਾਂਦੀ ਹੈ ਤੇ ਕਿਤੇ ਨਾ ਕਿਤੇ ਕਾਤਲ ਕਹਾਈ ਜਾ ਸਕਦੀ ਹੈ ਉਹਦੇ ਤੇ 302 ਦਾ ਪਰਚਾ ਉਹਦੇ ਤੇ ਤੇ ਉਹਦੇ ਪਰਿਵਾਰ ਤੇ ਹੋ ਸਕਦਾ ਹੈ ਕੰਡੀਸ਼ਨਸ ਅਪਲਾਈ ਮੈਂ ਫਿਰ ਕਹਿੰਨਾ ਕੰਡੀਸ਼ਨਸ ਅਪਲਾਈ ਆਦਰਵਾਇਜ਼ ਲਾਅ ਚ ਪ੍ਰੋਵੀਜ਼ਨ ਇਹ ਕਹਿੰਦੀ ਹੈ ਕਿ ਲੜਕੀ ਚਾਹੇ ਕਿ ਮੇਰਾ ਅਬੋਰਸ਼ਨ ਕਰ ਦਿਓ ਜੀ ਤੇ ਉਹਦੀ ਉਹ ਜਿਹੜੀਆਂ ਸਟੈਂਡਰਡ ਮੈਡੀਕਲ ਕੰਡੀਸ਼ਨਸ ਨੇ ਜੇ ਉਹ ਪੂਰੀਆਂ ਹੋ ਰਹੀਆਂ ਤੇ ਸ਼ੀ ਇਜ਼ ਐਲੀਜੀਬਲ ਆਪਣਾ ਆਈ ਕਾਰਡ ਦਿਖਾਵੇ ਕਰ ਸਕਦੀ ਹੈ ਛੋਟੇ ਸ਼ਹਿਰਾਂ ਚ ਛੋਟੇ ਪਿੰਡਾਂ ਚ ਕੱਲੀ ਕੁੜੀ ਚਲ ਜੇ ਈਵਨ ਵਿਆਹੀ ਚਲ ਜੇ ਤਾਂ ਵੀ ਨਹੀਂ ਕਰਦੇ ਅ ਔਰ ਕਰਦੇ ਆ ਤੇ ਫਿਰ ਹਾਈ ਰੇਟ ਲੈਂਦੇ ਨੇ ਬਲੈਕਮੇਲਿੰਗ ਵੀ ਚੱਲਦੀ ਹੈ ਕਿਉਂਕਿ ਉਹ ਕਹਿੰਦੇ ਜੀ ਕਰਦੇ ਨੂੰ ਬੁਲਾ ਕੇ ਲਿਆਓ ਜਿੱਥੋਂ ਤੱਕ ਮੈਂ ਦੱਸ ਰਿਹਾ ਕਿ ਕਰਦੇਆਂ ਦੀ ਕੰਸੈਂਟ ਦੀ ਲੋੜ ਨਹੀਂ ਹੈ ਸਰਬਿਕਲ ਸਾਹਿਬ ਦੇਖਿਏ ਇਹਦੇ ਚ ਇੱਕ ਮਾਮਲਾ ਹੁਣ ਸਾਹਮਣੇ ਆਇਆ ਇੱਕ ਕੁੜੀ ਫੋਨ ਕਰਦੀ ਆ ਉਹ ਕਹਿੰਦੀ ਕਿ ਮੈਂ ਲਿਵਿੰਗ ਦੇ ਵਿੱਚ ਰਹਿ ਰਹੀ ਸੀ ਤੇ ਪਿੰਡੂ ਖਿੱਤਰ ਦੇ ਨਾਲ ਹੀ ਸੰਬੰਧ ਰੱਖਦੀ ਆ ਉਹ ਉਹ ਕਹਿੰਦੀ ਵੀ ਇੱਕ ਮੁੰਡੇ ਦੇ ਨਾਲ ਜ਼ਾਹਿਰ ਜੀ ਗੱਲ ਆ ਪਿਆਰ ਹੋਇਆ ਹੋਊਗਾ ਉਸ ਤੋਂ ਬਾਅਦ ਦੇ ਵਿੱਚ ਉਹ ਲਿਵਿੰਗ ਚ ਰਹਿਣ ਲੱਗ ਜਾਂਦੀ ਆ ਲਿਵਿੰਗ ਚ ਹੀ ਰਹਿੰਦੇ ਰਹਿੰਦੇ ਵਿਆਹ ਨਹੀਂ ਹੁੰਦਾ ਕੋਈ ਰਜਿਸਟਰਡ ਵਿਆਹ ਨਹੀਂ ਹੈਗਾ ਲਿਵਿੰਗ ਦੇ ਵਿੱਚ ਹੀ ਰਹਿੰਦੇ ਰਹਿੰਦੇ ਉਹਨਾਂ ਦੇ ਬੱਚਾ ਵੀ ਹੋ ਜਾਂਦਾ ਉਹ ਜਿਵੇਂ ਕਹਈਏ ਕਿ ਇੱਕ ਚੰਗੀ ਜਿਵੇਂ ਵਿਆਹੁਤਾ ਜ਼ਿੰਦਗੀ ਆਪਾਂ ਕਹਿੰਦੇ ਹੁੰਨੇ ਆ ਉਸੇ ਤਰ੍ਹਾਂ ਦੇ ਨਾਲ ਜੀਰੇ ਨੇ ਪਰ ਉਹਨਾਂ ਦਾ ਵਿਆਹ ਰਜਿਸਟਰ ਨਹੀਂ ਹੈਗਾ ਕਿਤੇ ਵੀ ਮੁੰਡਾ ਜਿਹੜਾ ਘਰ ਦੇ ਕਿਸੇ ਨਾ ਕਿਸੇ ਕਾਰਨ ਜੋ ਵੀ ਹੈ ਉਹਨੂੰ ਮੁੰਡੇ ਨੂੰ ਬੇਦਖਲ ਕਰਿਆ ਹੋਇਆ ਉਹਨਾਂ ਨੇ ਚਾਹੇ ਇਸੇ ਕਾਰਨ ਚਾਹੇ ਦੂਕੱਲਾ ਕੋਈ ਹੋਰ ਨਿੱਜੀ ਕਾਰਨ ਹੋਇਆ ਹੋਵੇ ਹੁਣ ਮੁੰਡੇ ਦੀ ਮੌਤ ਹੋ ਜਾਂਦੀ ਹੈ ਕੁੜੀ ਦੇ ਜਵਾਕ ਵੀ ਹੈ ਮੁੰਡੇ ਨਾਲ ਰਹਿੰਦੀ ਸੀ ਮੁੰਡੇ ਦੀ ਹੋ ਗਈ ਮੌਤ ਐਦੂ ਬਾਅਦ ਦੇ ਵਿੱਚ ਜੇ ਕਿਹਾ ਜਾਵੇ ਕੁੜੀ ਜੇ ਤੱਕ ਕਾਬਲ ਹੈਗੀ ਕੋਈ ਉਹ ਤਾਂ ਹੋ ਸਕਦਾ ਵੀ ਕੋਈ ਨਾ ਕਿਸੇ ਨੂੰ ਕੋਈ ਮਦਦ ਵਾਸਤੇ ਮੰਗੇ ਜਾਂ ਕਰੇ ਉਹ ਆਪਦੀ ਅੱਗੇ ਜ਼ਿੰਦਗੀ ਤੋੜ ਲੇ ਪਰ ਜਿਹੜਾ ਬੱਚਾ ਹੈ ਉਹ ਕੱਲ ਨੂੰ ਉਸ ਬੱਚੇ ਨੂੰ ਲੈ ਕੇ ਉਹ ਕੁੜੀ ਕੀ ਆਪਦੇ ਸਹੁਰਾ ਪਰਿਵਾਰ ਤੇ ਜਿਹੜਾ ਜਿਹਨੂੰ ਹਮੰਦੀ ਆ ਸਹੁਰਾ ਪਰਿਵਾਰ ਤੇ ਕੋਈ ਰਾਈਟ ਰੱਖਦੀ ਹੈ ਜਾਇਦਾਦ ਦੇ ਵਿੱਚ ਹਿੱਸਾ ਲੈਣ ਨੂੰ ਹੈ ਇੱਥੇ ਪਹਿਲਾਂ ਮੈਂ ਇੱਕ ਸਮਾਜਿਕ ਜਵਾਬ ਦੇਣਾ ਚਾਹਨਾ ਕੋਈ ਨਹੀਂ ਜਵਾਬ ਬਾਅਦ ਚ ਦਊਂਗਾ ਵੇਖੋ ਮੇਰੇ ਮਾਪੇ ਨੇ ਮੇਰਾ ਵਿਆਹ ਕੀਤਾ ਮੇਰੇ ਪਰਿਵਾਰ ਵੱਲੋਂ ਵੀ 25 50 100 ਜਣੇ ਹੋਣਗੇ ਤੇ ਲੜਕੀ ਦੇ ਪਰਿਵਾਰ ਵੱਲੋਂ ਵੀ 25 50 100 ਜਣੇ ਹੋਣਗੇ ਔਰ ਅਸੀਂ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਤੇ ਚਾਹੇ ਅੱਗ ਦੇ ਦਵਾਲੇ ਜੋ ਸਾਡੇ ਰੀਤੀ ਰਿਵਾਜ ਨੇ ਉਹਦੇ ਮੁਤਾਬਕ ਅਸੀਂ ਲਾਵਾਂ ਲਿੱਤੀਆਂ ਲਾਵਾਂ ਲੈਣ ਤੋਂ ਬਾਅਦ ਇੱਕ ਦੂਜੇ ਨੂੰ ਜੀਵਨ ਸਾਥੀ ਮੰਨਿਆ ਇੱਥੇ ਅਸੀਂ ਜੀਵਨ ਸਾਥੀ ਜਿਹੜਾ ਮੰਨਿਆ ਉਹ ਸਿਰਫ ਮੈਂ ਤੇ ਮੇਰੀ ਵਾਈਫ ਨੇ ਇੱਕ ਦੂਜੇ ਨੂੰ ਨਹੀਂ ਮੰਨਿਆ ਮੇਰੇ ਪਰਿਵਾਰ ਨੇ ਨਾਲ ਮੰਨਿਆ ਇਹਦਾ ਮਤਲਬ ਕੀ ਹੁੰਦਾ ਕਿ ਪਰਿਵਾਰ ਰਿਸ਼ਤੇਦਾਰਾਂ ਦੀ ਸਹਿਮਤੀ ਹੈ ਤੇ ਉਹ ਕਿਉਂ ਕੱਟ ਕੀਤਾ ਜਾਂਦਾ ਕਿ ਇੱਕ ਗਵਾਹ ਬਣ ਸਕਣ ਸਬੂਤ ਬਣ ਸਕਣ ਤੇ ਕੱਲ ਨੂੰ ਜਦੋਂ ਕੋਈ ਐਹੋ ਜੀ ਦਿੱਕਤ ਆਵੇ ਉਦੋਂ ਉਹ ਉਹਦਾ ਸਾਥ ਦੇ ਸਕਣ ਹੁਣ ਇੱਥੇ ਜਿਹੜਾ ਸਮਾਜਿਕ ਜਵਾਬ ਇਹ ਐ ਕਿ ਮੁੰਡੇ ਨੇ ਆਪਣੇ ਘਰਵਾਲਿਆਂ ਤੋਂ ਸੁਰਖਰੂ ਹੋ ਗਿਆ ਮੈਂ ਤੇ ਚੱਲੇ ਆਂ ਜੀ ਉਸ ਕੁੜੀ ਨਾਲ ਕੁੜੀ ਆਪਣੇ ਘਰਦਿਆਂ ਤੋਂ ਸੁਰਖਰੂ ਹੋ ਗਈ ਹੁਣ ਕਹਦੇ ਵੀ ਤੁਸੀਂ ਦੋਨੇ ਜਾਣੇ ਜਦੋਂ ਚਲੇ ਹੀ ਗਏ ਸਾਨੂੰ ਛੱਡ ਕੇ ਸੋਸਾਇਟੀ ਨੂੰ ਲੱਦ ਕੇ ਬਰਾਦਰੀ ਨੂੰ ਲੱਦ ਕੇ ਭੈਣ ਭਰਾਵਾਂ ਨੂੰ ਲੱਦ ਕੇ ਆਂਡ ਗਵਾਂ ਨੂੰ ਲੱਦ ਕੇ ਤੇ ਹੁਣ ਜਿਹੜੇ ਮ제 ਤੁਸੀਂ ਆਪ ਲਏ ਉਹਨੂੰ ਵੀ ਆਪ ਭੁਗਤੋ ਨਾ ਫਿਰ ਫਿਰ ਉਹਦੇ ਵਿੱਚ ਮਾਪਿਓ ਆਖਲਕਾਰ ਮਾਪਿਓ ਤੁਹਾਡੇ ਦੁਖੀ ਨਹੀਂ ਕੋਈ ਵੀ ਮਾਪਿਓ ਮੜੇ ਤੋਂ ਮੜਾ ਮਾਪਿਓ ਵੀ ਹੈ ਨਾ ਉਹ ਤੁਹਾਡਾ ਦੁੱਖ ਹੀ ਨਹੀਂ ਹੈਗਾ ਇਹ ਯਾਦ ਰੱਖੋ ਜਹਾਂ ਜਦ ਕਿ ਸ਼ਰਾਬ ਪੀ ਕੇ ਜੁੱਤੀਆਂ ਨਾ ਫੇਰਦਾ ਹੋਵੇ ਜਾਂ ਬੁੱਤੇ ਹੀ ਨਕਮਾ ਹੋਵੇ ਉਹਨੂੰ ਛੱਡ ਦਿਓ ਜਨਰਲ ਗੱਲ ਕਰਦਾ ਪਰ ਜਿਹੜੇ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਮੈਂ ਅਸੀਂ ਕੋਰਟ 'ਚ ਆਉਨੇ ਆ ਜੀ 13-13 ਸਾਲ ਦੀਆਂ ਕੁੜੀਆਂ ਭੱਜ ਗਿਆ ਆਈਆਂ ਹੁੰਦੀਆਂ ਕਰੋ ਵਿਆਹ ਕਰਾਉਣ ਲਈ ਔਰ ਹੱਥ ਕਮ ਜਾਂਦੇ ਨੇ ਇੱਕ ਕਾਗਜ਼ ਤੇ ਲਿਖਦੇ ਆ ਤੇ ਨਾ ਕਰਦੀ ਦੀ ਕਿੰਨੇ ਬੇਟਾ ਕਿਤੇ ਹੋਰ ਚਲ ਜਾਓ ਸਾਡੇ ਵੱਸੋਂ ਬਾਹਰ ਹੈ ਝੂਠੀ ਡੇਟ ਆਵ ਬਰਥ ਲਾ ਕੇ ਮੈਂ ਵਿਆਹ ਨਹੀਂ ਕਰਾ ਸਕਦਾ ਮੇਰੀ ਮੇਰੀ ਧਰਮ ਮੇਰਾ ਮਨ ਮੇਰਾ ਉਹ ਨਹੀਂ ਮੰਨਦਾ ਮੈਂ ਵੀ ਕਿਸੇ ਸਮਾਜ ਨੂੰ ਕੱਲ ਨੂੰ ਮੂੰਹ ਦਿਖਾਉਣਾ ਹੈ ਸਵੇਰੇ ਉੱਠ ਕੇ ਪਹਿਲਾਂ ਤੇ ਸ਼ੀਸ਼ੇ ਨੂੰ ਹੀ ਆਪਣਾ ਮੂੰਹ ਵਿਖਾਉਣਾ ਹੈ ਕਿ ਭਾਈ ਤੂੰ ਕੱਲ ਕੋਈ ਮਾੜਾ ਕੰਮ ਤੇ ਨਹੀਂ ਕੀਤਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਹੀ ਸਿਖਾਇਆ ਹੈ ਨਾ ਕਿ ਮਾੜਾ ਨਹੀਂ ਕਰਨਾ ਉਹ ਆਪਣੇ ਪ੍ਰੋਫੈਸ਼ਨ 'ਚ ਵੀ ਲਾਗੂ ਕਰਦੇ ਹਸੀਂ ਸੋਚ ਜਵਾਬ ਹੁਣ ਮੈਂ ਲੀਗਲ ਜਵਾਬ ਤੇ ਆਜਾਂ ਲੀਗਲ ਜਵਾਬ ਦੇ ਵਿੱਚ ਬੜਾ ਸਿੰਪਲ ਹੈ ਕਿ ਲੜਕੀ ਦਾ ਕੋਈ ਅਧਿਕਾਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਐਸਟ ਮੁੰਡੇ ਤੇ ਨਹੀਂ ਹੋਣਗੇ ਕੋਈ ਤਰੀਕਾ ਹੀ ਨਹੀਂ ਹੈ ਕਿ ਲੜਕੀ ਆਪਣੇ ਆਪ ਨੂੰ ਉਹਦਾ ਮੁੰਡੇ ਦਾ ਵਾਰਸ ਕਹਿ ਦੇਵੇ ਕਿ ਮੈਂ ਉਹਦੀ ਪਤਨੀ ਆ ਜਾਂ ਕਿਉਂਕਿ ਪਤਨੀ ਦਾ ਸਟੇਟਸ ਤਾਂ ਮਿਲਿਆ ਹੀ ਨਹੀਂ ਹਾਂ। ਗਿਆ ਕਰਾਈ ਨਹੀਂ ਹੈਗਾ। ਸੌਰੀ ਟੂ ਸਪੀਕ ਕਿ ਰਖੇਲ ਦਾ ਇੱਕ ਸਟੇਟਸ ਹੈ। ਉਹ ਸਟੇਟਸ ਕੋਈ ਸਟੇਟਸ ਵੈਲਿਡ ਨਹੀਂ ਹੈ। ਲਿਵ ਇਨ ਰਿਲੇਸ਼ਨਸ਼ਿਪ ਦਾ ਸਟੇਟਸ ਹੈ। ਉਹ ਸਟੇਟਸ ਕੋਈ ਵੈਲਿਡ ਨਹੀਂ ਹੈ। ਆਰਟੀਕਲ 21 ਸਿਰਫ ਪਰਮਿਸ਼ਨ ਹੈ। ਲਾਈਫ ਟੂ ਲਿਬਰਟੀ ਦੋ ਬਾਲਗ ਚਾਹੁੰਦੇ ਨੇ ਸੀ ਅਸੀਂ ਬਾਡੀਲੀ ਰਿਲੇਸ਼ਨ ਕ੍ਰੀਏਟ ਕਰਨਾ ਤੁਸੀਂ ਕਰ ਰਹੇ ਹੋ ਉਹਦੀ ਆਊਟਕਮ ਇੱਕ ਬੱਚਾ ਹੈ ਹੁਣ ਉਹਦੇ ਵਿੱਚ ਉਹਦੇ ਵਿੱਚ ਕੀ ਹੈ ਕਿ ਉਹ ਜਿਹੜਾ ਬੱਚਾ ਪੈਦਾ ਹੋ ਗਿਆ ਉਹ ਬੱਚੇ ਦਾ ਪਹਿਲਾਂ ਤੇ ਉਹ ਜਿਹੜੀ ਫਿਲਮ ਆਈ ਸੀ ਪੀਕੇ ਠੱਪਾ ਚੈੱਕ ਕਰਾਉਣਾ ਪੈਣਾ ਵੀ ਉਹ ਠੱਪਾ ਜਿਹੜਾ ਬੱਚਾ ਹੈ ਉਹ ਬੱਚੇ ਦਾ ਡੀਐਨਏ ਅੱਜਕੱਲ ਉਹਦੇ ਤੇ ਵੀ ਸਾਡੇ ਕੋਲ ਕੰਟਰੋਵਰਸੀਆਂ ਆ ਗਈਆਂ ਕਿ ਡੀਐਨਏ ਦੀ ਰਿਪੋਰਟ ਵੀ ਫਾਈਨਲ ਰਿਪੋਰਟ ਨਹੀਂ ਮੰਨੀ ਜਾਂਦੀ ਕਿ ਉਹ ਬੱਚਾ ਉਹਦਾ ਹੀ ਹੈ ਇਹ ਪ੍ਰੂਵ ਕਰ ਜਿਹਦੇ ਨਾਲ ਉਹ ਰਹੀ ਹੈਗੀ ਜਿਹਦੇ ਤੇ ਕਲੇਮ ਕਰ ਰਹੀ ਹੈ ਜਿਹਦੀ ਪਰਿਵਾਰਤ ਕਰ ਰਹੀ ਹੈ ਐਸੇ ਵੀ ਮੁੱਦੇ ਸਾਡੇ ਸਾਹਮਣੇ ਆਏ ਕਿ ਕੌਂਡਮ ਯੂਜ਼ ਹੋਇਆ ਕਿਸੇ ਨੇ ਕੌਂਡਮ ਤੋਂ ਸਪਰਮ ਲੈ ਲੇ ਤੇ ਇੰਜੈਕਟ ਕਰਾ ਲੇ ਅੰਦਰ ਵਾਈਲ ਨਾਲ ਬੱਚਾ ਤਾਂ ਹੁਣ ਮੇਰੇ ਸਪਰਮ ਮੰਨ ਲਓ ਕਿਤੇ ਵੀ ਤੁਸੀਂ ਪਾਓਗੇ ਤੇ ਡੀਐਨਏ ਤੇ ਮੇਰਾ ਹੀ ਮੈਚ ਕਰੇਗਾ ਪਰ ਉਸ ਐਸ ਕਲੇਮਸ ਕਰਕੇ ਉਹ ਡੀਐਨਏ ਦੀ ਜਿਹੜੀ ਮੈਚਿੰਗ ਦੇ ਉੱਤੇ ਕਈ ਇਹੋ ਜਿਹੀਆਂ ਜੱਜਮੈਂਟਸ ਹੈਗੀਆਂ ਕਿ ਡੀਐਨਏ ਮੈਚ ਵੀ ਕਰ ਜੇ ਤੇ ਤੁਸੀਂ ਕਲੇਮ ਨਹੀਂ ਕਰ ਸਕਦੇ ਤੁਹਾਨੂੰ ਪ੍ਰੂਫ ਕਰਨਾ ਪਏਗਾ ਕਿ ਤੁਸੀਂ ਇਹੋ ਜਿਹੇ ਰਿਲੇਸ਼ਨਸ਼ਿਪ ਕਿਵੇਂ ਬਣਾਏ ਸੀ ਫਿਰ ਜੇ ਤੁਸੀਂ ਮੰਨ ਲਓ ਪ੍ਰੂਫ ਕਰ ਲਿਆ ਦਾਦਾ ਦਾਦੀ ਪ੍ਰੂਫ ਕਰ ਲਏ ਨਾਨਾ ਨਾਨੀ ਪ੍ਰੂਫ ਕਰ ਲਏ ਕਰ ਲਏ ਤੇ ਕਲੇਮ ਜਿਹੜਾ ਦਾਦਾ ਦਾਦੀ ਵਾਲਾ ਕਲੇਮ ਹੈ ਉਹਦੇ ਤੇ ਕਲੇਮ ਉਹਦਾ ਬਣਦਾ ਹੀ ਨਹੀਂ ਉਸ ਬੱਚੇ ਦਾ ਘੱਟੋ ਘਾਟ ਪਰਦਾਦੇ ਦੇ ਬਣਦਾ ਹੈ ਪਰਦਾਦੇ ਤੇ ਵੀ ਤਾਂ ਬਣਦਾ ਜੇ ਪਰਦਾਦੇ ਦੇ ਡੈਡੀ ਨੇ ਯਾਨੀ ਕਿ ਨਗਰ ਦਾਦੇ ਨੇ ਪ੍ਰਾਪਰਟੀ ਅੱਗੇ ਵੇਚ ਦਿੱਤੀ ਹੋਵੇ ਸਕੈਸ਼ਨ ਚ ਆਈ ਹੋਵੇ ਤਾਂ ਜਾ ਕੇ ਉਸ ਮੁੰਡੇ ਦਾ ਉਸ ਬੱਚੇ ਦਾ ਬੇਟੀ ਦਾ ਕਲੇਮ ਬਣੇਗਾ ਪਰਦਾਦੇ ਤੇ ਬਣੂਗਾ ਦਾਦੇ ਤੇ ਨਹੀਂ ਦਾਦੇ ਦੇ ਪਰਦਾਦੇ ਦੀ ਪ੍ਰਾਪਰਟੀ ਦਾਦੇ ਦੇ ਪਰਦਾਦੇ ਦੀ ਪ੍ਰਾਪਰਟੀ ਉਹ ਜਿਹੜੀ ਪ੍ਰਾਪਰਟੀ ਅੱਗੇ ਦਾਦੇ ਤੱਕ ਜੇ ਕੰਟੀਨਿਊ ਆ ਰਹੀ ਹੈ ਜੇ ਉਹ ਪ੍ਰਾਪਰਟੀ ਡੈਡੀ ਤੱਕ ਕੰਟੀਨਿਊ ਆ ਰਹੀ ਹੈ ਤਾ ਉਸ ਪ੍ਰਾਪਰਟੀ ਦੇ ਉੱਤੇ ਉਸ ਨਵੇਂ ਜਨਮੇ ਜਨਮੇ ਬੱਚੇ ਦਾ ਰਾਈਟ ਬਣੂਗਾ। ਔਰ ਉਸ ਰਾਈਟ ਦੇ ਨਾਲ-ਨਾਲ ਇੱਥੇ ਮੈਂ ਆਪਣੇ ਬਜ਼ੁਰਗਾਂ ਨੂੰ ਸਿਕਿਉਰ ਕਰਨਾ ਚਾਹੁੰਨਾ। ਉਹਨਾਂ ਬਜ਼ੁਰਗਾਂ ਕੋਲ ਰਾਈਟ ਹੋਊਗਾ ਕਿ ਜਿੱਦਨ ਉਹ ਬੱਚਾ 18 ਸਾਲ ਦਾ ਹੋਏਗਾ ਤੁਸੀਂ ਉਹਦੇ ਕੋਲੋਂ ਆਪਣੀ ਮੈਂਟੇਨੈਂਸ ਜੀਵਨ ਦਾ ਖਰਚਾ ਆਪਣੀ ਦੇਖਭਾਲ ਕਲੇਮ ਕਰ ਸਕਦੇ ਹੋ ਨਹੀਂ ਤਾਂ ਉਹ ਪ੍ਰਾਪਰਟੀ ਵਾਪਸ ਹੀ ਲੈ ਜਾਂਦੇ ਅਕਦਰ। ਯਾਨੀ ਕਿ ਇਹ ਨਹੀਂ ਹੈਗਾ ਵੀ ਤੁਸੀਂ ਉੱਥੇ ਪ੍ਰਾਪਰਟੀ ਜਾ ਕੇ ਬਣਾ ਵੀ ਲਓ ਉਸ ਤੋਂ ਬਾਅਦ ਤੁਸੀਂ ਕਹੋ ਵੀ ਤੂੰ ਕੌਣ ਤੇ ਮੈਂ ਕੌਣ। ਤੁਸੀਂ ਪ੍ਰਾਪਰਟੀ ਉਹ ਬੱਚੇ ਦੇ ਨਾਂ ਤੇ ਕਲੇਮ ਮੰਨ ਲਓ ਅੰਡਰ ਗਾਰਡਨਸ਼ਿਪ ਆਫ ਮਾਂ ਦਾ ਨਾਂ ਦੇ ਕੇ ਲੈ ਲਈ ਪਰ ਉਹ ਵੇਚ ਨਹੀਂ ਸਕਣਗੇ ਜਦ ਤੱਕ ਬੱਚਾ ਬਾਲਗ ਨਹੀਂ ਹੁੰਦਾ ਔਰ ਜੇ ਕਿਤੇ ਇਹੋ ਜੀ ਪ੍ਰਾਪਰਟੀ ਵਿਕਦੀ ਹੈ ਦੇਣ ਲੱਗਿਆਂ ਸ਼ਰਤ ਲਿਖਾਓ ਕਿ ਬਿਨਾ ਬੱਚੇ ਦੇ ਉਹਦੇ ਤੋਂ ਨਹੀਂ ਐਕਚੁਅਲੀ ਇਹਦੇ 'ਚ ਇੱਕ ਲਕੂਨਾ ਹੈ ਉਹ ਜਿਹੜਾ ਬੰਦਾ ਵੇਚਦਾ ਹੈ ਉਹ ਲਿਖ ਦਿੰਦਾ ਕਿ ਮੈਂ ਬੱਚੇ ਦੇ ਵੈਲਫੇਅਰ ਤੇ ਇਸਤੇਮਾਲ ਕਰੂੰਗਾ ਬੱਚੇ ਦੇ ਖਰਚ ਤੇ ਜੀਵਨ ਤੇ ਉਹਦੇ ਤੇ ਫਿਰ ਉਹਦੇ ਤੇ ਕੰਡੀਸ਼ਨ ਆਫ ਅਕਾਊਂਟ ਬਣਦਾ ਹੈ ਫਿਰ ਅਗਲਾ ਪੇਚਾ ਵੀ ਉਹ ਤੇ ਜਾਂ ਤੇ ਬੱਚੇ ਦੇ ਨਾਂ ਤੇ ਇੱਕ ਅਕਾਊਂਟ ਖੁੱਲੇ ਬੱਚੇ ਦੀ ਜਮ੍ਹਾਂ ਹੋ ਜੇ ਤੇ 18 ਸਾਲ ਤੱਕ ਦੇਖੋ ਨਾ ਜੇ ਮੈਂ ਮਾੜੀ ਗੱਲ ਕਹਾਂ ਕਿ ਸਵਾਦ ਲੈਣ ਨੂੰ ਥੋੜੀ ਜੰਮਣੇ ਆ ਜ਼ਿੰਮੇਵਾਰੀਆਂ ਨਿਭਾਉਣ ਨੂੰ ਤੁਸੀਂ ਵੀ ਤੁਹਾਡੇ ਘਰ ਵੀ ਬੱਚੇ ਆ ਮੇਰੇ ਘਰ ਵੀ ਬੱਚੇ ਆ ਕਿੰਨੀਆਂ ਜ਼ਿੰਮੇਵਾਰੀਆਂ ਨੇ ਸਵੇਰ ਤੋਂ ਸ਼ਾਮ ਤੱਕ ਇਹ ਤਾਂ ਇੱਕ ਗੱਲ ਹੋ ਗਈ ਵੀ ਤੁਸੀਂ ਪਹਿਲਾਂ ਤਾਂ ਤੁਸੀਂ ਪਰਿਵਾਰ ਨੂੰ ਨਹੀਂ ਮੰਨਿਆ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੋਈ ਕਾਨੂੰਨ ਨੂੰ ਨਹੀਂ ਮੰਨਿਆ ਸਮਾਜ ਨੂੰ ਨਹੀਂ ਮੰਨਿਆ ਤੀਜੇ ਥਾਂ ਤੇ ਆਕੇ ਜਦੋਂ ਤੁਹਾਡੇ ਹੁਣ ਜਵਾਕ ਹੋ ਗਿਆ ਉਦੋਂ ਬਾਅਦ ਵੀ ਤੁਸੀਂ ਪਰਿਵਾਰ ਨੂੰ ਕਾਨੂੰਨ ਨੂੰ ਨਹੀਂ ਮੰਨਿਆ ਚੌਥੇ ਥਾਂ ਤੇ ਜਦੋਂ ਆਕੇ ਤੁਸੀਂ ਮਜਬੂਰ ਹੋਗੇ ਕਿ ਤੁਹਾਡਾ ਜੀਵਨ ਸਾਥੀ ਨਹੀਂ ਰਿਹਾ ਕਿਸੇ ਵੀ ਕਾਰਨ ਤਾਂ ਉਦੋਂ ਬਾਅਦ ਵਿੱਚ ਤੁਸੀਂ ਕਹਿੰਦਾ ਵੀ ਹੁਣ ਇਹਦੇ ਵਾਸਤੇ ਸਾਨੂੰ ਪੈਸੇ ਚਾਹੀਦੇ ਆ ਫਿਰ ਸਮਾਜ ਦੇ ਅੱਗੇ ਵੀ ਗੁਹਾਰ ਹੈ ਤੇ ਪਰਿਵਾਰ ਅੱਗੇ ਵੀ ਗੁਹਾਰ ਹੈ ਤੇ ਕਾਨੂੰਨ ਅੱਗੇ ਵੀ ਗੁਹਾਰ ਹੈ ਯਾਨੀ ਕਿ ਕਿਸੇ ਦਾ ਡਰ ਨਹੀਂ ਹੈਗਾ ਸਰ ਕਈ ਤੇ ਵਿਆਹੀਆਂ ਜਨਾਨੀਆਂ ਔਰ ਸਾਰੇ ਬੱਚੇ ਪੈਦਾ ਹੋਣ ਤੋਂ ਬਾਅਦ ਬਲੈਕਮੇਲਿੰਗ ਸ਼ੁਰੂ ਕਰ ਦਿੰਦੇ ਮੁੰਡੇ ਵਾਲਿਆਂ ਨੂੰ ਇਹ ਲੈ ਚਲੇ ਬੱਚਿਆਂ ਨੂੰ ਘਰ ਅਸੀਂ ਨਹੀਂ ਦਿੰਦੇ ਵਾਪਸ ਆਹ ਦਿਓ ਉਹ ਦਿਓ ਏਦਾਂ ਸ਼ਰਤਾਂ ਮੰਨੋ ਨਹੀਂ ਤਾਂ ਦੇ ਦੇਾਂਗੇ ਹਰ ਇੱਕ ਕਿਸੇ ਦੇ ਮਨ ਚ ਵਕੀਲ ਸਾਹਿਬ ਮੈਂ ਵਿੱਚ ਤੁਹਾਨੂੰ ਰੋਕਦਾ ਮਾਫ ਕਰਿਓ ਕਿ ਹਰ ਇੱਕ ਕਿਸੇ ਦੇ ਮਨ ਚ ਪਤਾ ਕੀ ਹੈਗਾ ਦਾਦੇ ਇਲਾਹੀ ਮਿਲ ਜੂਗੀ ਦਾਦੇ ਇਲਾਹੀ ਮਿਲ ਜੂਗੀ ਦਾਦੇ ਇਲਾਹੀ ਇੰਨੀ ਸੌਖੀ ਮਿਲ ਜਾਂਦੀ ਹੈ ਵੀ ਕੁਝ ਮਰਜ਼ੀ ਤੁਸੀਂ ਅੱਗੇ ਜੇ ਕਿਹਾ ਜਾਵੇ ਆਪ ਆਪ ਦੇ ਪਰਿਵਾਰ ਨਾਲ ਕਰਈਏ ਦਾਦਿਆਂ ਨਾਲ ਕਰਈਏ ਕਹਿੰਦਾ ਮਤਲਬ ਉਹ ਦਾਦੇ ਦੇ ਪਰਿਵਾਰ ਨਾਲ ਜੇ ਅਸੀਂ ਮਾੜੇ ਕਰਕੇ ਚੱਲੇ ਤਾਂ ਉਹ ਦਾਦੇ ਦੀ ਪ੍ਰਾਪਰਟੀ ਇੰਨੀ ਸੌਖੀ ਮਿਲ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਲੱਗਦਾ ਇੰਨੀ ਸੌਖੀ ਤਾਂ ਨਹੀਂ ਹੈ ਬੜਾ ਕੁਝ ਫਿਰ ਉਹੀ ਗੱਲਾਂ ਠੱਪੇ ਚੱਕਰਾਉਣੇ ਪੈਂਦੇ ਪਹਿਲਾਂ ਕਈ ਸਰੀਆਂ ਚੀਜ਼ਾਂ ਪ੍ਰੂਫ ਕਰਨੀਆਂ ਪੈਂਦੀਆਂ ਫਿਰ ਉਹਨੂੰ ਕਿੰਨੀ ਦੇਰ ਤੱਕ ਉਹਦੇ ਕੇ ਟਿੱਕਰ ਬਣ ਕੇ ਰਵਾਂਗੇ ਕਿੰਨੀ ਦੇਰ ਤੱਕ ਉਹਨੂੰ ਸੰਭਾਂਗੇ ਦੇਖੋ ਨਾ ਜੇ ਜ਼ੁਰਤ ਰੱਖੀ ਸੀ ਉਦੋਂ ਪਰਿਵਾਰ ਨੂੰ ਸਮਾਜ ਨੂੰ ਕਾਨੂੰਨ ਨੂੰ ਦੁਨੀਆਦਾਰੀ ਨੂੰ ਆਂਡਗਵਾਨ ਨੂੰ ਥੱਲਿਆ ਸੀ ਤੇ ਪਿਓ ਤੇ ਪੋਤੋ ਤੇ ਨੂੰ ਨਿਭਾ ਕੇ ਵਿਖਾਉਣਾ ਹੁਣ ਪ੍ਰਾਪਰਟੀਆਂ ਦੇ ਪਿੱਛੇ ਗ ਜਾਂਦੇ ਹੋ ਉਦੋਂ ਪ੍ਰਾਪਰਟੀ ਤੇ ਲੱਤ ਮਾਰਦੀ ਜਦੋਂ ਮਾਪਿਓ ਨੂੰ ਤੁਹਾਡੀ ਲੋੜ ਸੀ ਉਸ ਨੇ ਤੁਸੀਂ ਕਿਹਾ ਬੱਸ ਹੀ ਨਹੀਂ ਜਾਣਦੇ ਤੈਨੂੰ ਕੌਣ ਹੈ ਤੂੰ ਜਦੋਂ ਉਹਨਾਂ ਦੀ ਸੇਵਾ ਦੀ ਵੀ ਲੋੜ ਸੀ ਉਦੋਂ ਤੁਹਾਨੂੰ ਆਪਣੇ ਸਵਾਦ ਪਿਆਰੇ ਸੀ ਠੀਕ ਅੱਜ ਜਦੋਂ ਸਵਾਦ ਮੁੱਕ ਗਏ ਨੇ ਅੱਜ ਤੁਹਾਨੂੰ ਉਹਨਾਂ ਦੀ ਪ੍ਰਾਪਰਟੀ ਕਿਉਂ ਚਾਹੀਦੀ ਹੈ ਮੈਨੂੰ ਇਹ ਗੱਲ ਦਾ ਜਵਾਬ ਦਿਓ ਜਿੰਦਿਆਂ ਜੀ ਅਸੀਂ ਮਾਂ ਪਿਓ ਦੇ ਮੂੰਹ 'ਚ ਪਾਣੀ ਨਹੀਂ ਪਾਉਣਾ ਮਰਨ ਤੋਂ ਬਾਅਦ ਉਹ ਦੇਸੀ ਕਿਉਂ ਸਿਵਿਆਂ 'ਚ ਪਾਉਂਦਾ ਕੀ ਤੁੱਕ ਹੈ ਸੋ ਨੀਤਾਂ ਮਾੜੀਆਂ ਹੋ ਚੁੱਕੀਆਂ ਇਹ ਗੱਲ ਮੈਂ ਤੁਹਾਨੂੰ ਕਲੀਅਰ ਦੱਸਦਾ ਨੀਤਾਂ ਮਾੜੀਆਂ ਹੋ ਚੁੱਕੀਆਂ 90% ਲੋਕ ਬਲੈਕਮੇਲਰ ਨੇ ਉਹ ਵਿਆਹ ਬਲੈਕਮੇਲ ਕਰੀ ਜਾਂਦੇ ਨੇ ਬੱਚੇ ਹੋ ਗਏ ਦੋ ਲੈ ਜੋ ਚੁੱਕ ਕੇ ਤੇ ਵੇਖੀ ਜਾਏਗੀ ਪਿੱਛੇ ਪਿੱਛੇ ਆਉਣਗੇ ਆਪਣੇ ਬੱਚਿਆਂ ਖਤਰ ਰਹਣਗੇ ਤੇ ਸਾਡੇ ਵਰਗੇ ਜਦੋਂ ਸਿੱਧੇ ਹੋ ਜਾਂਦੇ ਨੇ ਕਿ ਨਹੀਂ ਜਾਣਾ ਚੱਲ ਫਿਰ ਭੱਜਾਂਗੇ ਫਿਰ ਰੋਂਦੇ ਨੇ ਕਿ ਜ਼ਿਆਦਾ ਚੋ ਹਿੱਸਾ ਦੇ ਦਿਓ ਫਿਰ ਖਰਚਾ ਦੇ ਦਿਓ ਖਰਚੇ ਦੇ ਕੇਸ ਪਾਉਂਦੇ ਨੇ ਫਿਰ ਬੁਖਾਰੀ ਬੰਦਦੇ ਨੇ ਮੈਂ ਫਿਰ ਕਹਿੰਨਾ ਬੁਖਾਰੀ ਬੰਦਦੇ ਨੇ ਮੈਂ ਕਹਿੰਨਾ ਇਹਨਾਂ ਜਿੰਨੇ ਵੀ ਇਹੋ ਜਿਹੇ ਕਮੀਨੇ ਲੋਕ ਨੇ ਇਹਨਾਂ ਨੂੰ ਆਪਣੇ ਹੱਕ ਯਾਦ ਨੇ ਮੈਂ ਫੇਰ ਰਿਪੀਟ ਕਰਨ ਲੱਗਾ ਇਹ ਜਿੰਨੀ ਵੀ ਕਮਿਨੀ ਕਾਮ ਹੈ ਨਾ ਜਿਹੜੇ ਜਦਾਤਾ ਮੰਗਦੇ ਨੇ ਜਾਂ ਖਰਚੇ ਮੰਗਦੇ ਨੇ ਇਹਨਾਂ ਨੂੰ ਆਪਣੇ ਹੱਕ ਯਾਦ ਰੇ ਫਰਜ ਤੁਹਾਡਾ ਪਿਓ ਨਿਭਾਏਗਾ ਪੁੱਛੋ ਜੇ 1 ਮਿੰਟ ਆਪਾਂ ਹੁਣ ਮੈਟ੍ਰੀਮੋਨੀਅਲ ਲਾਈਫ ਦੀ ਗੱਲ ਕਰਦੇ ਆ ਜੀ ਤੁਸੀਂ ਕਹੋਗੇ ਵਕੀਲ ਸਾਹਿਬ ਹੋ ਗਏ ਬਿਲਕੁਲ ਹੋ ਗਏ ਆਪਾਂ ਉਹ ਕਿਉਂ ਹੁਣਾਵੇਂ ਜਿਹੜਾ ਵਿਆਹ ਹੈ ਉਹ ਦੱਸੋ ਕੀ ਚੀਜ਼ ਹੈ ਭਲਾ ਉਹ ਸਾਡੇ ਸਮਾਜ ਦੁਆਰਾ ਦਿੱਤੀਆਂ ਕੁਝ ਸ਼ਰਤਾਂ ਨੇ ਉਹਨਾਂ ਸ਼ਰਤਾਂ ਨੂੰ ਅਸੀਂ ਮੰਨਦੇ ਆ ਸ਼ਰਤਾਂ ਦੇ ਵਿੱਚ ਕਿੰਨੇ ਆ ਕਿ ਮੈਂ ਤੇਰੀ ਸੇਵਾ ਕਰੂੰਗੀ ਆ ਟੈ ਲਕੀਰ ਮਿਟਦੀ ਐ ਹਾਂ ਬਹੁਤ ਵਧੀਆ ਉਹ ਕਈ ਕੁਝ ਮਿਟਦੀਆਂ ਸ਼ਰਤਾਂ ਹੁੰਦੀਆਂ ਤੇ ਉਹ ਵੀ ਕਹਿੰਦਾ ਵੀ ਤੇਰੀ ਪਹਿਲਾਂ ਆਪਣੇ ਘਰ ਵਾਲੇ ਨੂੰ ਮਾਪਿਓ ਨੂੰ ਬੱਚਿਆਂ ਨੂੰ ਰੋਟੀ ਖਵਾ ਕੇ ਫਿਰ ਮੈਂ ਰੋਟੀ ਖਾਉਂਗੀ ਇਹ ਸਿਸਟਮ ਐ ਸਾਰਾ ਸਿਸਟਮ ਓਕੇ ਨਾ ਮੈਂ ਰੋਟੀ ਖਵਾਵਾ ਨਾ ਮੈਂ ਸਭਈਆਂ ਕਰਾਂ ਨਾ ਮੈਂ ਆਪਣੇ ਪਰਿਵਾਰ ਦਾ ਖਿਆਲ ਰੱਖਾਂ ਤੇ ਮੈਂ ਜੁੱਤੀ ਫੜ ਕੇ ਕਹਾਂ ਕਿ ਕਾਨੂੰਨ ਮੇਰੇ ਵੱਲ ਹੈ ਮੈਂ ਕੋਰਟ 'ਚ ਬਹਿਸ ਕੀਤੀ ਸੀ ਇੱਕ ਮੈਂ ਕਿਹਾ ਸਰ ਜਿਸ ਰਿਵਾਜ ਤੋਂ ਸਾਡਾ ਲਾਅ ਬਣਿਆ ਇਹਦੇ 'ਚ ਅਧੂਰਾਪਨ ਹੈ ਇਹ ਲਾਅ ਉਦੋਂ ਬਣਿਆ ਸੀ ਜਦੋਂ ਸਾਡੀ ਅਬਲਾ ਨਾਰੀ ਸੀ ਉਹਨੂੰ ਪਿੰਡ ਦੇ ਚਾਰਦਿਵਾਰੀ ਘਰ ਤੇ ਵੱਤ ਵਾਰ ਸਵੇਰੇ ਸ਼ਾਮ ਜੰਗਲ ਪਾਣੀ ਜਾਣ ਵਾਲੀ ਥਾਂ ਤੋ ਲਾਵਾ ਸਾਲ ਚ ਮੇਲਾ ਲੱਗਦਾ ਸੀ ਇੱਕ ਟੀਵੀ ਘਰ ਚ ਨਹੀਂ ਸੀ ਹੁੰਦਾ ਹਾਂ ਠੀਕ ਹੈ ਉਦੋਂ ਦਾ ਲਾਅ ਬਣਿਆ ਅੱਜ ਵੀ ਆਪਾਂ ਇਹਨੂੰ ਲਾਗੂ ਕਰੀ ਫਿਰਦੇ ਆ ਅੱਜ ਤੇ ਸਬਲਾ ਨਾਰੀ ਹੈ ਹੱਕ ਬਰਾਬਰ ਚਾਹੀਦਾ ਮਾਂ ਪਿਓ ਦੀ ਜਾਇਦਾਦ ਚੋਂ ਵਿਆਹੀ ਕੁੜੀ ਵੀ ਕਹਿੰਦੀ ਮੈਨੂੰ ਅੱਧਾ ਹਿੱਸਾ ਚਾਹੀਦਾ ਤੇ ਫੇਰ ਸੇਵਾ ਕਰਨ ਲੱਗਿਆਂ ਕਿਉਂ ਭਜਦੇ ਨੇ ਮੇਰੇ ਕੋਲ ਕੇਸ ਆਇਆ ਜੇ ਕੇਸ ਦੇ ਮੈਂ ਤੁਹਾਨੂੰ ਇਵੈਂਟ ਸੁਣਾਉਣਾ ਕੀ ਇਵੈਂਟ ਹੈ ਬੰਦੇ ਦੀ ਸ਼ਾਦੀ ਹੋਈ ਪਹਿਲਾਂ ਸ਼ਾਦੀ ਹੋਣ ਤੋਂ ਬਾਅਦ ਉਹਦੀ ਵਾਈਫ ਦੀ ਡੈਥ ਹੋ ਗਈ ਇੱਕ ਲੜਕੀ ਪੈਦਾ ਹੋਈ ਲੜਕੀ ਨੂੰ ਉਹਦੇ ਨਾਨਕੇ ਉਸ ਲਈ ਜ਼ਬਰਦਸਤੀ ਲਾਗੇ ਵੀ ਅਸੀਂ ਨਹੀਂ ਛੱਡਦੇ ਇੱਥੇ ਘਰ ਦੇ ਨੇ ਕਿਹਾ ਵੀ ਛੱਡ ਦਿਓ ਸਾਡਾ ਬੱਚਾ ਹੀ ਸੰਭ ਲੈਣਾ ਨਹੀਂ ਜੀ ਤੁਸੀਂ ਨਵਾਂ ਵਿਆਹ ਕਰਾ ਲੋਗੇ ਡੈਫੀਨੇਟਲੀ ਜੇ ਮੁੰਡੇ ਦੀ ਉਮਰ 22 ਮਤਲਬ 23 ਸਾਲ 25 ਸਾਲ 30 ਸਾਲ ਹੈ ਤੇ ਵਿਆਹ ਤੇ ਕਰਾਣਾ ਹੀ ਪਏਗਾ ਉਹਨੂੰ ਸੈਕੰਡ ਮੈਰਿਜ ਹੋਈ ਸੈਕੰਡ ਮੈਰਿਜ ਵਾਲੇ ਜਿਹੜੇ ਮੈਡਮ ਸੀ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਆ ਪਿਛਲਾ ਐਪੀਸੋਡ ਹੈ ਉਹਨਾਂ ਦੇ ਵਿਆਹ 'ਚ ਵੀ ਅੱਗੋਂ ਬੱਚੇ ਹੋਗੇ ਤੇ ਬੇਟੀਆਂ ਹੀ ਹੋਈਆਂ ਚਲਦਾ ਰਿਹਾ ਚਲਦਾ ਰਿਹਾ ਹੁਣ ਉਹ ਲੜਕੀ ਜਿਹੜੀ ਪਹਿਲੇ ਸ਼ਾਦੀ ਸ਼ੋਦੀ 18 ਸਾਲ ਦੀ ਹੋ ਗਈ। ਅੱਛਾ ਜਿਹੜਾ ਮੁੰਡਾ ਸੀ ਪਲੱਸ ਉਹਦਾ ਅਗਲਾ ਪਰਿਵਾਰ ਸਾਰਾ ਯੂਕੇ ਜਾ ਕੇ ਸੈਟਲ ਹੋ ਗਿਆ। ਹੁਣ ਜਿਹੜੀ ਉਹ ਇੰਡੀਆ ਚ ਪੰਜਾਬ ਚ ਪਹਿਲੀ ਵਾਈਫ ਦੀ ਯਾਨੀ ਕਿ ਸੌਂਕਣ ਦੀ ਬੇਟੀ ਜਿਹੜੀ ਰਹਿ ਗਈ ਸੀ ਉਸ ਪੇ ਯਾਨੀ ਉਸ ਨਾਨਕਿਆਂ ਨੇ ਧੱਕਾ ਦੇਤਾ ਉਹਨੂੰ ਘਰੋਂ ਲੈ ਜਾਓ ਇਹਨੂੰ 19 ਸਾਲਾਂ ਬਾਅਦ ਪਹਿਲਾਂ ਤੇ ਉਸ ਬੱਚੇ ਦਾ ਕੀ ਕਸੂਰ ਹਾਂ ਪਤਾ ਹੀ ਨਹੀਂ ਸੀ ਜਦੋਂ ਲੱਗੇ ਫਿਰ ਉਹਨੂੰ ਦੱਸਿਆ ਤੇ ਉਹ ਫਿਰ ਦੇਖੋ ਜਿਹੜੀ ਨਵੀਂ ਲੇਡੀ ਹੈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਇਹ ਮੇਰੇ ਹੀ ਘਰ ਵਾਲੇ ਦੀ ਭਤੀ ਹੈ ਨਾ ਇਹ ਮੇਰੀ ਹੀ ਧੀ ਹੈ ਮੈਂ ਇਹਨੂੰ ਅਸੈਪਟ ਕਰੂੰਗੀ 19 ਸਾਲ ਦੀ ਬੱਚੀ ਨੂੰ ਉਹਨਾਂ ਨੇ ਅਸੈਪਟ ਕੀਤਾ ਕਿੱਡਾ ਵੱਡਾ ਦਿਲ ਹੋਏਗਾ ਉਸ औरत ਦਾ ਅਸੈਪਟ ਕਰਨ ਤੋਂ ਬਾਅਦ ਉਹਦੇ ਸਾਰੀ ਡਾਕੂਮੈਂਟੇਸ਼ਨ ਕਰਾਈ ਉਹਨੂੰ ਇੰਗਲੈਂਡ ਬਣਾਇਆ ਲੈ ਕੇ ਗਏ ਉਹਨੂੰ ਉੱਥੇ ਸਿਟੀਜ਼ਨ ਬਣਾਇਆ ਉਹਨੂੰ ਉੱਥੇ ਸੈਟਲ ਕੀਤਾ ਉਹਦਾ ਉੱਥੇ ਵਿਆਹ ਕਰਿਆ ਸਾਰਾ ਕੋਈ ਕੰਪਲੀਟ ਹੋਣ ਤੋਂ ਬਾਅਦ ਅੱਜ ਜੋ ਲੜਕੀ ਇੰਡੀਆ ਹੁੰਦੀ ਹੈ ਕੀ ਕੀਤਾ ਉਸ ਕੁੜੀ ਨੇ ਪਤਾ ਤੁਹਾਨੂੰ ਜੇ ਜਿਹੜੀ ਪਰਵਾਰ ਨੇ ਇਹਦਾ ਕੁਝ ਕਰਿਆ ਉਹਦੇ ਕਾਨੂੰਨ ਨੂੰ ਰਹਿ ਕੀ ਗਿਆ ਧੰਵਾਦ ਤੋਂ ਇਲਾਵਾ ਜੁੱਤੀਆਂ ਮਾਰੀਆਂ ਪ੍ਰਾਪਰਟੀ 'ਚੋਂ ਹਿੱਸਾ ਫਿਰ ਜੁੱਤੀਆਂ ਦੀ ਭੁੱਖ ਨਾ ਉਹਨੂੰ ਨੀਤ ਦੀ ਕਮੀ ਹੈ ਨਾ ਠੀਕ ਹੈ ਕਾਨੂੰਨਨ ਤੇਰਾ ਰਾਈਟ ਮੰਨਦਾ ਹੈ ਹੁਣ ਉਸ ਮਾਤਾ ਜੀ ਦਾ ਵੀ ਰਾਈਟ ਮੰਨਦਾ ਹੈ ਨਾ ਕਾਨੂੰਨਨ ਤੇਰੇ ਤੇ ਲਾਏ ਸਾਰੇ ਪੈਸੇ ਵਾਪਸ ਲੈ ਸਕਣ ਤੇ ਮੈਂ ਵਿਆਸ ਸਬੀਤ ਲੈ ਕੇ ਦੇਣੇ ਵਰਕੀ ਸਾਹਿਬ ਦੇਖਿਏ ਜਿਹੜੀ ਹੁਣ ਜੇ ਦਵਾਰੇ ਉਸੇ ਆਏ ਤੁਸੀਂ ਤਾਂ ਭਾਵ ਖਾਸ ਹੋਗੇ ਇਸ ਚੀਜ਼ ਨੂੰ ਦੇਖਦੇ ਹੋਏ ਕਿਉਂਕਿ ਕਿਦਰ ਕਿਤੇ ਜਦੋਂ ਸਮਾਜ ਨੂੰ ਤੇ ਰਿਸ਼ਤਿਆਂ ਨੂੰ ਪਿੱਛੇ ਸਿੱਟ ਕੇ ਕੁੜੀਆਂ ਜਾਂਦੀਆਂ ਨੇ ਜਾਂ ਮੁੰਡੇ ਜਾਂਦੇ ਨੇਗੇ ਤਾਂ ਯਾਨੀ ਕਿ ਕੁੜੀ ਮੁੰਡਾ ਕੋਈ ਵੀ ਜਾਂਦਾ ਹੈ ਤਾਂ ਉਹ ਚੀਜ਼ਾਂ ਸ਼ਾਇਦ ਇਸ ਚੀਜ਼ ਨੂੰ ਨਹੀਂ ਦੇਖਦੇ ਹੁਣ ਲਿਵਿੰਗ ਦੇ ਵਿੱਚ ਜੇ ਕਹਿ ਜਾਵੇ ਇੱਕ ਆ ਲਾਸਟ ਤੁਹਾਡੇ ਤੋਂ ਇਹ ਜਰਣਾ ਚਾਹੂੰਗਾ ਵੀ ਬਹੁਤ ਸਾਰੇ ਜਿਹੜੇ ਵਿਆਹ ਹੋਏ ਨੇ ਉਹਨਾਂ ਚੋਂ ਕਿਸੇ ਚ ਕੋਈ ਲੇਡੀ ਕਿਸੇ ਆ ਆਪਣੇ ਦੋਸਤ ਮਿੱਤਰ ਨਾਲ ਰਹੀ ਜਾਂਦੀ ਹੈ ਜਾਂ ਬੰਦਾ ਰਹੀ ਜਾਂਦਾ ਹੈ ਉਹਦੇ ਚ ਕਾਰਵਾਈ ਉਹਨਾਂ ਤੇ ਹੋ ਸਕਦੀ ਹੈ ਜਾਂ ਫਿਰ ਇਹ ਹੈ ਵੀ ਉਹ ਉਹ ਲਿਵਿੰਗ ਦੀ ਸਹਣੀ ਚ ਆ ਜਾਂਦੀ ਹੈ ਫਿਰ ਉਹਨਾਂ ਨੂੰ ਪੁਲਿਸ ਜਾਂ ਕੋਈ ਕਾਨੂੰਨ ਨਹੀਂ ਛੇੜਦਾ ਹਾਂ ਇੱਕ ਸਿਰਫ ਤਲਾਕ ਦਾ ਗਰਾਉਂਡ ਬਣ ਸਕਦਾ ਜਦੋਂ ਸ਼ੌਕ ਨਾਲ ਤੁਸੀਂ ਕਿਸੇ ਹੋਰ ਆਪੋਜ਼ਿਟ ਸੈਕਸ ਨਾਲ ਰਹਿੰਦੇ ਹੋ ਮੁੰਡਾ ਕਿਸੇ ਕੁੜੀ ਨਾਲ ਜਾਂ ਕੁੜੀ ਕਿਸੇ ਮੁੰਡੇ ਨਾਲ ਸ਼ੌਕ ਨਾਲ ਮਜਬੂਰੀ ਨਾਲ ਨਹੀਂ ਮਜਬੂਰੀ ਦੀ ਵੀ ਕੋਈ ਡੈਫੀਨੇਸ਼ਨ ਹੈ ਕਿ ਮੁੰਡੇ ਦੀ ਵਾਈਫ ਮਰ ਚੁਗੀ ਹੈ ਬੱਚੇ ਹੈਗੇ ਆ ਬਟ ਇੱਕ ਫਿਜ਼ੀਕਲ ਨੀਡ ਹੈ ਉਹ ਨਹੀਂ ਜਾਣਾ ਚਾਹੁੰਦਾ ਇੱਧਰ ਉੱਧਰ ਉਹ ਇੱਕੋ ਪਰਮਨੈਂਟ ਆਪਣਾ ਪਾਰਟਨਰ ਰੱਖਣਾ ਚਾਹੁੰਦਾ ਹੈ ਅਲਾਉਡ ਹੈ ਪਰ ਪਰਲੇ ਪਾਸੇ ਉਹ ਵਿਆਹੀ ਹੈ ਉਹਦਾ ਘਰ ਹੈ ਉਹਦੇ ਬੱਚੇ ਆ ਫਿਰ ਉਹ ਇਸ ਕੰਮ ਚਾਹਤੇ ਉਹ ਗਲਤ ਹੈ ਉਹ ਅਡਲਟਰੀ ਹੈ ਬੇਸ਼ੱਕ ਅਡਲਟਰੀ ਚ ਵੀ ਬੜੀ ਕੁਝ ਡਿਲੀਊਸ਼ਨ ਆ ਚੁੱਕੀ ਬੜਾ ਕੁਝ ਹੋਰ ਆ ਚੁੱਕਾ ਬਟ ਹੈ ਸੋ ਜਿਹੜੇ ਤੇ ਸ਼ੌਂਕ ਨਾਲ ਇਹ ਕੰਮ ਕਰਦੇ ਨੇ ਉਹ ਗੈਰ ਕਾਨੂੰਨੀ ਵੀ ਹੈ ਗੈਰ ਸਮਾਜਿਕ ਵੀ ਹੈ ਤੇ ਮੋਰਲ ਡਿਊਟੀਆਂ ਤੋਂ ਪਰੇ ਵੀ ਹੈ ਔਰ ਜਿਹੜੇ ਲੋਗ ਮਜਬੂਰੀ ਚ ਕਰਦੇ ਨੇ ਔਰ ਕੋਈ ਵਾਧ ਵਿਵਾਦ ਹੋਣਾ ਕੋਈ ਵਾਧ ਵਿਵਾਦ ਹੈ ਔਰ ਆਇਡੈਂਟੀਫਾਈਡ ਹੈ ਕਲੀਅਰ ਹੈ ਸਪਸ਼ਟ ਹੈ ਤੇ ਕਿਤੇ ਨਾ ਕਿਤੇ ਉਹ ਜਾਇਜ਼ ਜਾਇਜ਼ ਇੱਕ ਬੜਾ ਵੱਡਾ ਸ਼ਬਦ ਹੋ ਜਾਏਗਾ ਅਲਾਉਡ ਹੈ ਕਾਨੂੰਨ ਦੀ ਨਜ਼ਰ ਚ ਉਹ ਅਲਾਉਡ ਹੈ ਪਰ ਐਸੇ ਰਿਲੇਸ਼ਨ ਵੀ ਦੇਖੇ ਨੇ ਕਿ ਲੜਕੀ ਦੀ ਸ਼ਾਦੀ ਹੋਈ ਬੱਚਾ ਆਇਆ ਹਸਬੈਂਡ ਦੀ ਡੈਥ ਹੋ ਗਈ ਲੜਕੀ ਪਹਿਲਾਂ ਡੈਥ ਨਹੀਂ ਇਸ ਤਲਾਕ ਦਾ ਕੇਸ ਚੱਲ ਰਿਹਾ ਉਧਰੋਂ ਮੁੰਡੇ ਦਾ ਤਲਾਕ ਦਾ ਕੇਸ ਚੱਲ ਰਿਹਾ ਦੋਨੋਂ ਇਕੱਠੇ ਰਹਿ ਰਹੇ ਨੇ ਉਸ ਬੱਚੇ ਕੋਲ ਆਪਣੇ ਦਾਦਿਆਂ ਦੇ ਕੇਸ ਪਾਇਆ ਹੋਇਆ ਕਿਉਂਕਿ ਉੱਥੇ ਤਾਂ ਠੱਪਾ ਪ੍ਰੂਫਡ ਹੈ ਉੱਥੇ ਕੇਸ ਪਾਇਆ ਹੋਇਆ ਹੁਣ ਦਾਦਿਆਂ ਨੂੰ ਇਹ ਚਿੰਤਾ ਹੈ ਕਿ ਮੇਰੀ ਪ੍ਰਾਪਰਟੀ ਖਾਧੀ ਜਾਣੀ ਹੈ ਸੋ ਇਸ ਤਰ੍ਹਾਂ ਦੇ ਵੀ ਕਈ ਇਨਸਟੈਂਸ ਆਉਂਦੇ ਨੇ ਸਾਹਮਣੇ ਸੋ ਕਹਿੰਦਾ ਭਾਵੇਂ ਹੈ ਕਿ ਦੇਖੋ ਸਭ ਤੋਂ ਪਹਿਲਾਂ ਮੋਰਲ ਡਿਊਟੀਆਂ ਜਿਹੜੀਆਂ ਸਾਡੇ ਆਪਣੇ ਆਪ ਨੂੰ ਸਾਡੇ ਜ਼ਮੀਰ ਨੂੰ ਜਿੰਨੂੰ ਪਤਾ ਫਿਰ ਸਾਡੀਆਂ ਸਮਾਜਿਕ ਡਿਊਟੀਆਂ ਠੀਕ ਹੈ ਨਾ ਮੈਂ ਕੁਝ ਇੱਕ ਕੱਪੜਿਆਂ 'ਚ ਹੀ ਬਾਹਰ ਨਿਕਲਾਂਗਾ ਉਹ ਉਸ ਤੋਂ ਘੱਟ ਕੱਪੜਿਆਂ 'ਚ ਮੇਰਾ ਸ਼ਾਇਦ ਮੇਰੀ ਗੱਡੀ ਤੱਕ ਹੀ ਜਾਣ ਹੋ ਸਕਦਾ ਹੈ। ਹੈਨਾ? ਪਰ ਬਹੁਤੇ ਘੱਟ ਕੱਪੜਿਆਂ 'ਚ ਮੈਂ ਸ਼ਾਇਦ ਬਾਥਰੂਮ 'ਚੋਂ ਹੀ ਨਿਕਲੂੰਗਾ। ਘਰ ਦੀ ਇੱਕ ਮਰਿਆਦਾ ਹੈ, ਸਮਾਜਿਕ ਮਰਿਆਦਾ ਹੈ। ਜਿੰਨਾ ਸਮਝੋ ਜਿੰਨਾ ਉਹਨੂੰ ਮਹਿਸੂਸ ਕਰੋ ਉਹ ਹੈ। ਪਰ ਜੇ ਆਪਾਂ ਗੱਲ ਕਰ ਲਈਏ ਜਿਹੜੇ ਬੇਸ਼ਰਮ ਨੇ, ਜਿਨ੍ਹਾਂ ਦਾ ਕੰਮ ਹੀ ਇਹ ਹੋਈ ਹੈ। ਔਰ ਉਹਨਾਂ ਲੋਕਾਂ ਵਾਸਤੇ ਤੇ ਸਭ ਕੁਝ ਜਾਇਜ਼ ਹੈ। ਉਹਨਾਂ ਨੂੰ ਕੋਈ ਡਰ ਨਹੀਂ, ਕੋਈ ਫਿਕਰ ਨਹੀਂ। ਨਹੀਂ ਡੰਡਾ ਤਾਂ ਬੜੀ ਬੁਰੀ ਤਰ੍ਹਾਂ ਭਜਦਾ ਹੈ। ਇਹ ਨਾ ਇਹ ਨਾ ਭੁੱਲਣਾ ਜਦੋਂ ਡੰਡਾ ਵੱਜਦਾ ਉਹਨੂੰ ਰਾਵਲ ਲੱਭਦਾ ਬੜਾ ਕੁਝ ਹੁੰਦਾ ਫਿਰ ਉਹਨਾਂ ਨਾਲ ਸੋ ਕਾਨੂੰਨਨ ਤੌਰ ਤੇ ਕਈ ਚੀਜ਼ਾਂ ਅਪਰੂਵਡ ਨੇ ਪਰ ਸਮਾਜਿਕ ਤੌਰ ਤੇ ਕਈ ਚੀਜ਼ਾਂ ਦੀ ਐਸੈਪਟੇਬਿਲਟੀ ਅੱਜ ਵੀ ਪ੍ਰੋਪਰ ਨਹੀਂ ਹੈ ਮੈਂ ਤੇ ਇਹੋ ਹੀ ਸਲਾਹ ਦਿੰਨਾ ਲਾਲਚ ਨਾ ਕਰੋ ਜੇ ਤੁਹਾਨੂੰ ਆਪਣੇ ਹੱਕ ਪਤਾ ਹੈ ਤੇ ਆਪਣੇ ਫਰਜ਼ ਵੀ ਯਾਦ ਰੱਖੋ ਸਮਾਜ ਦੇ ਪ੍ਰਤੀ ਪਰਿਵਾਰ ਦੇ ਪ੍ਰਤੀ ਕਾਨੂੰਨ ਦੇ ਪ੍ਰਤੀ ਔਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਪ੍ਰਤੀ ਉਹ ਕੱਲ ਨੂੰ ਕੀ ਜਵਾਬ ਦੇਣਗੀਆਂ ਹੁਣ ਮੇਰੇ ਕੋਲ ਬੜੇ ਬੜੇ ਕੇਸ ਨੇ ਅੱਜ ਤੇ ਮੇਰਾ ਜੀ ਕਰਦਾ ਮੈਂ ਅੱਜ ਆਪਾਂ 2-3 ਘੰਟੇ ਲਾਈਏ ਪਰ ਸਮਾਂ ਥੋੜਾ ਹੈ ਸੋ ਅੱਜ ਲਈ ਇੰਨਾ ਹੀ ਇਸ ਟਾਪਿਕ ਨੂੰ ਕੰਟੀਨਿਊ ਰੱਖਾਂਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਬਿਲਕੁਲ ਗੱਲ ਸਹੀ ਹੈ ਗਿੱਲ ਸਾਹਿਬ ਦੀ ਕਿ ਹੱਕ ਪਤਾ ਨਹੀਂ ਤਾਂ ਫਰਜ਼ ਕਿਉਂ ਨਹੀਂ ਪਤਾ ਰਹੇ ਪਰ ਗੱਲ ਇਹ ਆਹੀ ਵੀ ਜਦੋਂ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਨੇ ਪਹਿਲਾਂ ਤਾਂ ਇਹ ਰਿਸ਼ਤੇ ਹੀ ਡਿਸਪਿਊਟਡ ਨੇ ਕਾਨੂੰਨ ਦੀ ਨਜ਼ਰ ਦੇ ਵਿੱਚ ਇਹ ਸਮਾਜ ਦੇ ਤੌਰ ਤੇ ਦੇਖਿਆ ਨਾਲ ਡਿਸਪੂਟਡ ਨਜ਼ਰੀਏ ਨੂੰ ਕਿਤੇ ਨਾ ਕਿਤੇ ਲਾਅ ਨੇ ਜਿਹੜਾ ਦੇਖਿਆ ਜਾਵੇ ਤਾਂ ਹਰ ਇੱਕ ਬੰਦੇ ਦੀ ਆਪ ਦੇ ਜੇ ਕਿਹਾ ਜਾਵੇ ਲਾਅ ਨੇ ਤਾਂ ਖੈਰ ਆਪ ਦਾ ਫਰਜ਼ ਸਮਝਿਆ ਵੀ ਹਰ ਇੱਕ ਬੰਦੇ ਨੂੰ ਪ੍ਰੋਟੈਕਟ ਕਰਨ ਵਾਸਤੇ ਅਲੱਗ-ਅਲੱਗ ਚੀਜ਼ਾਂ ਰੱਖੀਆਂ ਨੇ ਪਰ ਗੱਲ ਇਹ ਆ ਗਈ ਕਿ ਜਦੋਂ ਇਸ ਤਰ੍ਹਾਂ ਦੇ ਮਸਲੇ ਹੁੰਦੇ ਨੇ ਉਸ ਤੋਂ ਬਾਅਦ ਦੇ ਵਿੱਚ ਗੱਲ ਆਉਂਦੀ ਹੈ ਜਦੋਂ ਕਿਤੇ ਪ੍ਰਾਪਰਟੀਆਂ ਦੇ ਰਿਸਪੂਟ ਨੂੰ ਲੈ ਕੇ ਫਿਰ ਕਹੀਏ ਕਿ ਜਿਵੇਂ ਹੁਣ ਆ ਮਾਮਲੇ ਦੇ ਵਿੱਚ ਬੱਚੇ ਦਾ ਪਿਤਾ ਚਲੇ ਗਿਆ ਹੁਣ ਬੱਚਾ ਉਦੀ ਮਾਂ ਤੇ ਪਿੱਛੇ ਪਰਿਵਾਰ ਕੋਈ ਹੈ ਨਹੀਂ ਵਿਆਹ ਹੋਇਆ ਨਹੀਂ ਉਹਦੇ باوجود ਫਿਰ ਕਿਹੜੇ ਔਖੇ ਬਹੁਤ ਨੇ ਰਹਾ ਐਨੇ ਸੌਖੇ ਨਹੀਂ ਵੀ ਜੇ ਕੱਲੋ ਅਸੀਂ ਸੋਚੀਏ ਕਿ ਦਾਦੇ ਲਾਹੀ ਲੈ ਲਾਂਗੇ ਸੀਨੀਅਰ ਵੀਡੀਓ ਜਰਨਲਿਸਟ ਬੰਤੇ ਇਹਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟਮੈਨ ਟੀਵੀ ਚੰਡੀਗੜ੍ਹ